ਤੁਸੀਂ ਤਾਂ ਐ ਸਮਝਦੇ ਹੋ ਵੀ ਬਸ ਜੀ ਜੋ ਕਹਤਾ ਸਿੱਖਾਂ ਨੇ ਨਹੀਂ ਅਸੀਂ ਕੋਈ ਨਹੀਂ ਸਮਝਦੇ ਜੀ ਇਹ ਤਾਂ ਸਵਾਲ ਨੇ ਸਵਾਲ ਨਹੀਂ ਸਵਾਲ ਨਹੀਂ ਇਹ ਸਵਾਲ ਨੇ ਤੁਸੀਂ ਅੱਜ ਲਾਇਆ ਇੰਟਰੋ ਕਰਨੇ ਸਵਾਲ ਨੇ ਤੁਸੀਂ ਐ ਕਦੋਂ ਕੈਮਰੇ ਅੱਗੇ ਕਹੋ ਅਸੀਂ ਕੌਕਸ ਵਾਲੇ ਮੈਂਬਰਾਂ ਨੂੰ ਵੀ ਉਹ ਖਾਲਸਾ ਦਾ ਮਤਾ ਉੱਤੇ ਮੈਂ ਕਿਉਂ ਕਹਣਾ ਕੌਮ ਨਾ ਮੈਂ ਕੌਕਸ ਦਾ ਮੈਂਬਰ ਆ ਨਹੀਂ ਤੁਸੀਂ ਕਹਿ ਗੱਲ ਤਾਂ ਰੱਖ ਸਕਦੇ ਹੋ ਕਿ ਮੈਂ ਕਹਿੰਨਾ ਕੌਕਸ ਵੱਧ ਤੋਂ ਵੱਧ ਗੱਲ ਕਰੇ ਤੁਸੀਂ ਹੁਣ ਖਾਲਸਾ ਦੀ ਸਮਰਥਕ ਹੋ ਤੁਸੀਂ ਖਾਲਸਾ ਨੂੰ ਸਪੋਰਟ ਕਰਨੇ ਹੋ ਨਹੀਂ ਮੈਂ ਤਾਂ ਦੇਖੋ ਆਈ ਐਮ ਅ ਹਿਸਟੋਰੀਅਨ ਆਈ ਹੈਵ ਟੂ ਰਾਈਟ ਦੀ ਹਿਸਟਰੀ ਨਹੀਂ ਖਾਲਸਾ ਸਪੋਰਟ ਕਰਨੇ ਹੋ ਤੁਸੀਂ ਗੱਲ ਜਿਹੜਾ ਹਿਸਟੋਰੀਅਨ ਹੁੰਦਾ ਉਹ ਡਿਸਪੈਸ਼ਨੇਟ ਹੁੰਦਾ ਤੁਸੀਂ 2012 ਦੇ ਵਿੱਚ ਬਾਹਰ ਜਾਂਦੇ ਹੋ ਅਮਰੀਕਾ ਦੇ ਵਿੱਚ ਮੈਂ ਤੁਸੀਂ 12 ਦੇ ਵਿੱਚ ਜਾਂਦੇ ਹੋ ਤੁਹਾਨੂੰ ਜੋ ਖਾਲਸਾ ਦੇ ਸਮਰਥਕ ਨੇ ਸਪੋਰਟ ਕਰਦੇ ਨੇ ਤੁਹਾਨੂੰ ਸਤੋਪੇ ਪਾਉਂਦੇ ਨੇ ਤੁਸੀਂ ਉੱਥੇ ਜਾ ਕੇ ਪਲੇਟਫਾਰਮ ਸਾਂਝੇ ਕਰਦੇ ਹੋ ਫਿਰ ਤੁਹਾਨੂੰ ਹਿਚਕਚਾਹਟ ਕਿਉਂ ਹੋਦੀ ਹੈ ਇਸ ਖਾਲਸਾ ਸਮਰਥਕ ਨਹੀਂ ਹੋ ਮੈਂ ਮੇਰੀ ਗੱਲ ਨਹੀਂ ਤੂੰ ਸਮਝਦਾ ਮੈਂ ਦੁਬਾਰਾ ਇੱਥੇ ਆਣਾ WSO ਬਣਾਈ ਸੀ ਤੁਸੀਂ ਸਿੱਖ ਆਰਗੇਨਾਈਜ਼ੇਸ਼ਨ ਤੁਸੀਂ 84 ਤੋਂ ਪਹਿਲਾਂ ਗਏ ਤੁਹਾਡੇ ਨਾਲ ਜਸਵੰਤ ਸਿੰਘ ਭੁੱਲਰ ਗਏ ਨਹੀਂ ਮੇਰੇ ਨਾਲ ਨਹੀਂ ਗਏ ਤੁਸੀਂ ਨਾਲ ਗਏ ਲੋ ਫਿਰ ਤੁਹਾਡੇ ਨਾਲ ਮਨਜੀਤ ਸਿੰਘ ਸਿੱਧੂ ਵੀ ਸਨ ਹਾਂ ਜੋ ਕਿ KPS ਗੇਲ ਦੇ ਕੁੜਮ ਸਨ ਬਿਲਕੁਲ ਜਨਰਲ ਭੁੱਲਰ ਨੂੰ ਸੈਕਟਰੀ ਜਨਰਲ ਉਹਨਾਂ ਨੇ ਬਣਾਇਆ ਬਾਅਦ ਵਿੱਚ ਕੱਢਿਆ ਵੀ ਗਿਆ ਬਾਅਦ ਵਿੱਚ ਦੇਸ਼ ਨਿਕਾਲਾ ਵੀ ਕਰ ਦਿੱਤਾ ਗਿਆ ਠੀਕ ਆ ਤੁਸੀਂ ਨਾਲ ਹੀ ਸੀ ਉਸ ਸਮੇਂ ਅਮਰੀਕਾ ਨੋ ਨੋ ਮੈਂ ਇਹਨਾਂ ਦੇ ਨਾਲ ਨਾ ਮੈਂ ਅੱਡ ਸੀ ਸਿੱਖ ਕੌਕਸ ਨੇ ਹਜੇ ਕਿਹੜੇ ਕੰਮ ਕੀਤੇ ਨੇ 8 ਸਾਲ ਦੇ ਵਿੱਚ ਜੋ ਪੰਜਾਬ 'ਚ ਫਾਇਦਾ ਹੋਵੇ ਪੰਜਾਬ 'ਚ ਰਹਿੰਦੇ ਸਿੱਖਾਂ ਦਾ ਫਾਇਦਾ ਹੋਵੇ ਸਿੱਖ ਜੋ ਵੀ ਹੋਇਆ ਸਿੱਖਾਂ ਦਾ ਜੈਨੋਸਾਈਡ ਹੋਇਆ ਉਸ ਦੇ ਉੱਤੇ ਜੈਨੋਸਾਈਡ ਦਾ ਮਤਾ ਕਿੱਥੇ ਹੈ ਜੈਨੋਸਾਈਡ ਦਾ ਮਤਾ ਨਹੀਂ ਪਾਸ ਕਰਾ ਸਕਦਾ ਉਹ ਸਿੱਖ ਕੌਕਸ ਕੀ ਪੰਜਾਬ ਦੇ ਵਿੱਚ ਰਹਿੰਦੇ ਸਿੱਖਾਂ ਦਾ ਮਸਲਾ ਹਾਂ ਚੁੱਕ ਸਕਦੀ ਹੈ ਐਬਸੋਲੂਟਲੀ ਸਿੱਖ ਕੌਕਸ ਦੇ ਮੈਂਬਰ ਕਹਿੰਦੇ ਨੇ ਕਿ ਅਸੀਂ ਇੰਡੀਆ ਦੇ ਮੁੱਦੇ ਨਹੀਂ ਚੁੱਕ ਸਕਦੇ ਉਹ ਸਿੱਖ ਕੌਕਸ ਦੇ ਰੂਲ ਦੇ ਵਿੱਚ ਵੀ ਲਿਖਿਆ ਹੈ ਕਿ ਉਹ ਨਹੀਂ ਚੁੱਕ ਸਕਦੇ ਮੁੱਦੇ ਪੰਜਾਬ ਦੇ ਸੁਣਾ ਕੋਈ ਵੀ ਬੰਦਾ ਹੁਣ ਅਸੀਂ ਕਹੀਏ ਕਿਸੇ ਦਾ ਗਲ ਤਾਂ ਫੜ ਨਹੀਂ ਸਕਦੇ ਅਸੀਂ ਕਹਿ ਹੀ ਸਕਦੇ ਪਰਸੂਏਡ ਹੀ ਕਰ ਸਕਦੇ ਨਹੀਂ ਕਹਿ ਤਾਂ ਸਕਦੇ ਬੱਚੇ ਪਰ ਉਹਦੀ ਜ਼ਬਾਨ ਤਾਂ ਨਹੀਂ ਫੜ ਸਕਦੇ ਚੁੱਕ ਨਹੀਂ ਸਕਦੇ ਨਾ ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਪਰ ਉੱਥੇ ਨਹੀਂ ਚੁੱਕ ਸਕਦੇ ਨਾ ਗੱਲ ਨਹੀਂ ਸਮਝੇ ਮੋਰਚੇ ਵਾਸਤੇ ਕਿਸਾਨੀ ਮੋਰਚਾ ਹੁਣ ਲੱਗਿਆ 7ਵਾਂ ਮਹੀਨਾ ਚੱਲਦਾ ਪਿਆ ਸਿੱਖ ਕੌਕਸ ਨੇ ਕੀ ਕੀਤਾ ਸਿੱਖ ਕੌਕਸ ਨੇ ਅੱਡ ਪਲੇਟਫਾਰਮ ਦੇ ਉੱਤੇ ਜਾ ਕੇ ਉਹਨਾਂ ਨੂੰ 32 ਲੱਖ ਰੁਪਏ ਦੇ ਤਾਂ ਭੇਜੇ ਆ ਕੀ ਇਹਦਾ ਨਵਾਂ ਟਾਇਲਟਸ ਪੈਸੇ ਭੇਜੇ ਕਿੰਨੇ ਬਾਰ ਹੋ ਜਿਹੜੇ ਖਾਲਸਾ ਨੇ ਨੂੰ ਸਪੋਰਟ ਕਰਦੇ ਨੇ ਅਮਰੀਕਾ ਚ ਟਾਇਲਟ ਵਾਸਤੇ ਕਿ ਸਿੱਖ ਕੌਕਸ ਦੇ ਮੈਂਬਰਾਂ ਨੇ ਭੇਜੇ ਨੇ ਕੌਕਸ ਥੋੜੋ ਪੈਸੇ ਭੇਜ ਸਕਦਾ ਕੌਕਸ ਦਾ ਕੋਈ ਆਪਣਾ ਬਜਟ ਥੋੜੋ ਹੁੰਦਾ ਸਭ ਕੌਕਸ ਦੀ ਆਪਣੀ ਇੰਡੀਪੈਂਡੈਂਟ ਉਹ ਤਾਂ ਇੱਕ ਪਲੇਟਫਾਰਮ ਆ ਕਿੰਨਾਂ ਦਾ ਕੋਈ ਨਾਮ ਹੋਊਗਾ ਜਿਨ੍ਹਾਂ ਨੇ ਪੈਸੇ ਬਹੁਤ ਭਜਵਾਏ ਮੈਂ ਦੱਸਦਾ ਆਪਣੇ ਡਾਕਟਰ ਪ੍ਰਿਤਪਾਲ ਸਿੰਘ ਇਹਨਾਂ ਨੇ ਇਸੇ ਤਰੀਕੇ ਨਾਲ ਆਪਣਾ ਕੀ ਉਹਦਾ ਨਾਮ ਜਸਜੀਤ ਸਿੰਘ ਆ ਹੋਰ ਆ ਬਥੇਰੇ ਹੁਣ ਮੈਨੂੰ ਸਾਰਿਆਂ ਦੇ ਨਾਮ ਥੋੜੋ ਮੈਂ ਕਿਹੜਾ ਉੱਥੇ ਲੈਣਾ ਅੱਛਾ ਠੀਕ ਹੈ ਪੈਸੇ ਭੇਜੇ ਫਿਰ ਇੱਥੇ ਪੈਸੇ ਕਦੇ ਕਿਸੇ ਦੇ ਅਕਾਊਂਟ 'ਚ 5 ਰੁਪਏ ਵੀ ਆ ਜਾਂਦੇ ਨੇ ਜੋ ਖਾਲਸਾ ਦੀ ਸਪੋਰਟ ਬਾਹਰੋਂ ਕਰਦੇ ਨੇ ਐਨੇ ਦੀ ਨੋਟਿਸ ਚਲੇ ਜਾਂਦੇ ਨੇ ਇੱਥੇ ਕਿਸੇ ਨੋਟਿਸ ਨਹੀਂ ਆ ਜਾਂਦੇ ਪੈਸਾ ਭੇਜਿਆ ਗਿਆ ਤਾਂ ਅਲਮੀਨੀਅਮ ਕੌਕਸ ਨੇ ਮਤਾ ਪਾਸ ਕਰਵਾ ਲਿਆ ਕਿ ਇਸ ਨੂੰ ਨਸਲ ਖੁਸ਼ੀ ਕੋ ਜੋ 2014 ਦੇ 15 ਵਿੱਚ ਹੋਇਆ ਸਿੱਖ ਕੌਕਸ ਨੂੰ 8 ਸਾਲ ਲੱਗ ਗਏ 84 ਬਾਰੇ ਗੱਲ ਹੀ ਨਹੀਂ ਚੁੱਕ ਪਾਏ ਮਤਾ ਹੀ ਨਹੀਂ ਪਾਸ ਕਰਵਾ ਪਾਏ ਕਿ ਉਹਨਾਂ ਦੇ ਨਾਲ ਸਿੱਖਾਂ ਦੇ ਨਾਲ ਇੱਥੇ ਕਤਲੋ ਗਾਤ ਹੋਈ ਹੈ ਇਹ ਮਤੇ ਦੀ ਕੋਈ ਕਾਪੀ ਦਿਖਾ ਦੋ ਜੇ ਹੈਗੀ ਤਾਂ ਅੱਛਾ ਸਿੱਖ ਕੌਕਸ ਕਦੀ ਮਤਾ ਠਾਊਗਾ 84 ਵਾਲਾ ਜਾਂ ਇੱਥੋਂ ਦੇ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕ ਸਕਦਾ ਸਿੱਖ ਕੌਕਸ ਉੱਥੇ ਨਹੀਂ ਦੇਖੋ ਕਦੇ ਉਸ ਕੌਕਸ ਦੇ ਉੱਤੇ ਇਸ ਕਿਸਮ ਦੀ ਗੱਲ ਨਹੀਂ ਆ ਸਕਦੀ ਸਰ ਇੱਕ ਨਿਯਮ ਇਹ ਵੀ ਹੈ ਕਹਿੰਦੇ ਵੀ ਸਿੱਖ ਕੌਕਸ ਦੇ ਜੋ ਨਿਯਮ ਨੇ ਉਹ ਕਦੀ ਵੀ ਬਾਹਰਲੇ ਦੇਸ਼ਾਂ ਦੀ ਆਵਾਜ਼ ਨਹੀਂ ਚੁੱਕ ਸਕਦੇ ਤੇ ਆਪਾਂ ਕੇਸ ਦਾਵੇ ਨਾਲ ਕਹਿ ਦਾਂਗੇ ਕਿ ਉਹ ਮਤੇ ਪਾ ਦੇਣਗੇ ਇੱਥੋਂ ਨਹੀਂ ਐ ਨਹੀਂ ਹੁੰਦਾ ਨਹੀਂ ਇਹ ਲਿਖਿਆ ਸਿੱਖ ਉਹ ਸੁਣਤਾ ਔਰ ਗੁਰਮੀਤ ਸਿੰਘ ਔਲਖ ਆਪਣੀ ਜ਼ਿੰਦਗੀ 'ਚ ਜੋ ਕੁਛ ਉਹਨੇ ਕੀਤਾ ਇਸ ਫਰੇਮਵਰਕ ਦੇ ਵਿੱਚ ਉਹ ਸਿੱਖ ਸੋਵਰਨ ਸਟੇਟ ਖਾਲਿਸਤਾਨ ਲਈ ਕੀਤਾ ਉਹਦਾ ਪਿਤਪਾਲ ਜੀ ਨੇ ਵੀ ਕੀਤਾ ਨਹੀਂ ਮੇਰੀ ਗੱਲ ਤਾਂ ਉਹ ਵੀ ਹੱਕ 'ਚ ਬੋਲੇ ਨਾ ਖਾਲਿਸਤਾਨ ਦੇ ਤਾਂ ਸੁਣ ਲਾ ਚਲੋ ਤੁਸੀਂ ਵੀ ਖੁੱਲ ਕੇ ਨਹੀਂ ਕਹਿ ਰਹੇ ਤੁਸੀਂ ਸਪੋਰਟਰ ਖਾਲਸਾ ਦੇ ਤੁਸੀਂ ਸੋਪੇ ਪਾਏ ਨੇ ਤੁਸੀਂ ਤਾਂ ਅਮਰੀਕਾ ਜਾਂਦੇ ਹੋ ਤੇ ਜਾ ਕੇ ਪਿਤਪਾਲ ਦੇ ਘਰ ਰਹਿੰਦੇ ਹੋ ਜੇ ਮੈਂ ਜਾ ਕੇ ਪਿਤਪਾਲ ਦੇ ਘਰ ਰਹਿਣਾ ਮੈਨੂੰ ਕੋਈ ਮਿਲਣਾ ਤੁਸੀਂ ਕਹੋ ਨਾ ਖੁੱਲ ਕੇ ਵੀ ਖਾਲਸਾ ਸਪੋਰਟਰ ਹੋ ਨਹੀਂ ਮੈਂ ਖਾਲਸਤਾਨ ਦਾ ਮਤਲਬ ਮੇਰਾ ਤਾਂ ਮੈਂ ਕਿਸੇ ਚੀਜ਼ ਦਾ ਨਾ ਸਪੋਰਟਰ ਹਾਂ ਮੈਂ ਕਿਸੇ ਚੀਜ਼ ਦਾ ਨਾ ਦੁਸ਼ਮਣ ਹਾਂ ਕਿਸਾਨੀ ਮੋਰਚੇ ਦਾ 6 ਮਹੀਨੇ ਹੋ ਗਏ ਨੇ ਸਿੱਖ ਕੌਕਸ ਨੇ ਕਿੰਨੀ ਕੁ ਆਵਾਜ਼ ਚੁੱਕੀ ਹੈ ਕਿੰਨੀ ਕੁ ਆਵਾਜ਼ ਬੁਲੰਦ ਕਰ ਲਈ ਕਿੰਨੇ ਕੁ ਪ੍ਰੋਟੈਸਟ ਕਰਦੇ ਬਾਹਰ ਜਾ ਕੇ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਹੱਲ ਕਰੋ ਜੋ 6 ਮਹੀਨੇ ਤੋਂ ਹੋ ਗਏ 450 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਨੇ ਕਿੰਨੇ ਕੁ ਸਿੱਖ ਕੌਕਸ ਨੇ ਆਵਾਜ਼ ਚੁੱਕੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਸਿੱਖ ਕੌਕਸ ਨੂੰ ਲੈ ਕੇ ਲਗਾਤਾਰ ਹੀ ਚਰਚਾ ਜਿਹੜੀ ਉਹ ਗਰਮ ਹੁੰਦੀ ਜਾ ਰਹੀ ਹੈ ਕਿਤਾਬ ਮੇਰੇ ਹੱਥ ਵਿੱਚ ਹੈ ਪਹਿਲੀ ਤੁਸੀਂ ਇੰਟਰਵਿਊ ਸੁਣੀ ਸੀ RS ਬੈਂਸ ਜੀ ਦੀ ਜਿਨ੍ਹਾਂ ਨੇ ਇਸ ਕਿਤਾਬ ਉੱਤੇ ਸਵਾਲ ਵੀ ਚੁੱਕੇ ਸਨ ਕਿ ਸਿੱਖ ਕੌਕਸ ਜੇ ਬਣਿਆ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਅਤੇ ਕਿਹੜੇ ਕਿਹੜੇ ਕੰਮ ਕਰ ਸਕਦੇ ਨੇ ਗੱਲ ਆ ਕੇ ਰੁਕਦੀ ਹੈ 84 'ਤੇ ਵੀ ਅਤੇ ਗੱਲ ਆ ਕੇ ਰੁਕਦੀ ਹੈ ਕਿਸਾਨੀ ਮੋਰਚੇ 'ਤੇ ਵੀ ਕਿ ਵਾਕਈ ਸਿੱਖ ਕੌਕਸ ਜੋ 84 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਉਸ ਦੇ ਮੁੱਦੇ ਚੁੱਕੇ ਨੇ
और दूसरे पासे किसानी मोर्चे की भी गलबात करांगे। जे सी कोकस बनिया सी तां की वाकई ही उन्होंने किसानी मोर्चे उपर कोई भी मता पास करवाया सी कोकस दे जो मैंबर ने। हुण सवाल आउंदा कि सी कोकस नूं लै के लगातार ही सिखां दे विच जो मन विच सवाल ने वह किते ना किते स्पष्ट होए ने, पर पिछे लगातार ही एक सवाल भी खड़े कर गया भी सी कोकस है कि वाकई ही साढ़े आने वाले समय के जोड़े साढ़े मुद्दे ने वो बाहर बैठे अमेरिका वाले हल करा पाएंगे। हुण गुरदर्शन सिंह ढिल्लो जो कि बुद्धिजीवी ने यह सामने आए हैं तो सी कोकस के बारे होर चर्चा करना चाहते ने, इस गल नूं होर अगे तोरना चाहते ने भी सी कोकस है कि। गुरदर्शन सिंह ढिल्लो साढ़े नाल ने पौना नाल गलबात करांगे। ढिल्लो साहब भाई खालसा भाई वाह जी खालसा वाह जी फतेह जी। हाँ जी सी कोकस किताब आई है। हाँ जी बड़ी चर्चा बनी हुई है। हाँ जी पंजाब की गल कर ली है, सिखा दे मन विच खास करके चर्चा बनी हुई है भी किताब च लिखा की है सी कोकस है की। हुण तुसी कोकस दे हक विच आए हो, हुण तुसी दसो भी सी कोकस है की, एक किताब लिखी क्यों गई है और सी कोकस क्या किनू जांदा? जेड़ा ये बंदा ना पीटर फ्रेडरिक ए प्रॉक्सी बुक है, कोई बंदा किताब लिखा रहा ये लिख रहा अपना नाम दे रहा, जेड़ा पिछे लिखाउण वाला वो पिछे रह रहा पढ़दे दे पिछे। ये एक करैक्टर एसेसीनेशन करन दी एक साजिश है बड़े वड्डे लैवल दे उत्ते, जिस दे अधीन एक जो पैंफ मैं तो इनू किताब मनदा ही नहीं क्योंकि किताब का एक प्रोटोकॉल हुंदा। इस बंदे ने पंजाब जिहड़ा किताब आ उस दे प्रोटोकॉल नू ऑब्जर्व ही नहीं किया, इसने फॉरवर्ड लिखाया राजविंदर सिंह बैंस एडवोकेट जिहड़े हैगे हरियाणा पंजाब हरियाणा हाई कोर्ट दे, वो जिहड़ा फॉरवर्ड कदे भी बलर्ब ते नहीं लिखा जाता, अज तक नहीं कदे लिखा गया। जे एक किताब है तो बलर्ब दे उत्ते फॉरवर्ड क्यों लिखा गया, कि जिहड़ा ये ऑथर आ किताब दे प्रोटोकॉल नूं समझदा भी है कि नहीं, तो ना तो इस दे विच कोई इंडैक्स आ ना इस दे विच कोई बिबलियोग्राफी आ, सैकेंडरी टर्शनरी जिहड़े सोर्सिस कोट करके एवें प्रोपेगेंडा बुक है जिस दे विच करैक्टर असैसीनेशन की गई आ उन्हां सिखां दी जिन्हां दी क्रेडिबिलिटी आ, क्रेडिबल बंदे आ जिन्हां ने कम किया, जिन्हां ने कंट्रीब्यूट किया, जिन्हां ने पंथ की सेवा की हर पहलू तो, यही कल्ला कॉकस वेले नहीं कॉकस तो पहला भी, पहली वेर सिख हिस्टरी दे विच एक सिख कॉकस बनया। पहला कॉकस नू ट्राई टू अंडरस्टैंड उहदा की हुंदा, वो एक फोरम आ एक प्लेटफॉर्म आ जिस प्लेटफॉर्म के उत्ते तुसीं अपनियां जिहड़ियां प्रॉब्लम्स जिहड़ियां थोड़ी परसीक्यूशन हो रही आ, जिहड़ा थोड़ा जेनोसाइड हो रहा, जिहड़ी थोड़ी एक्सप्लॉयटेशन हो रही आ, उस बारे तुसीं उस प्लेटफॉर्म के उत्ते जाके गल कर लो। और उस दे जिहड़े कुछ मैंबर आ जिहड़े हाउस ऑफ रिप्रजेंटेटिव दे हुंदे आ या सैनेट दे हुंदे आ वो विच आ वो भी उस दे विच पार्टिसिपेट करते आ। कोई कॉकस इस किस्म का प्लेटफॉर्म नहीं जिस प्लेटफॉर्म के उत्ते तुसीं कोई सॉवरन स्टेट एस्टेब्लिश कर लो, कदे नहीं। वो अपना ओपीनियन एक्सप्रेस करते हैं, ओपीनियन फिर वो ओपीनियन बनाते हैं, फिर वो ओपीनियन अगे जाके जिहड़ा हाउस ऑफ रिप्रजेंटेटिव ते सैनेट दे विच जांदा। 400 तो वध कॉकस आ, 400 तो वध कॉकस आ। कॉकस दे इस किस्म दे भी मैंबर आ जिहड़े पाकिस्तान दे कॉकस दे भी मैंबर आ, इंडिया दे कॉकस दे भी मैंबर आ। तो ये एक बहुत बड़ा कंपलैक्स ते कॉम्प्लीकेटिड जे किस्म दा प्लेटफॉर्म आ जिसनों थोनू अंडरस्टैंड करना पड़ेगा फर्स्ट ऑफ ऑल। तो अच्छा तुसी उन्हें जिक्र किया सी कोकस बारे भी पीटर ने जो लिखा, पर एक स्पष्ट सवाल जो पूछा जाए किताब किसने लिखी किसने लिखवाई, ठीक है उस पर पिछे अपन जाके देखिए वो सर्च करने का मुद्दा है, पर तुहानू नहीं लगता जो सी कोकस ने सवाल चुके गए ने उस जवाब भी तो देने चाहिए ने? की सवाल? सवाल सारे मैलिशियस, सवाल सारे प्रोपेगेंडिस्ट है, सवाल सारे किसी बंदे नू दूषणबाजी दे सवाल आ। दूषणबाजी का तुसी की जवाब दे सकते हो जिस बंदे विच इस किस्म की तहजीब ही नहीं भी जिस दे उत्ते एक मन्या व्या सत्कारित इंसान है डॉक्टर पतपाल सिंह उहदे तो फैमिली तक जा रहा, शर्म होनी चाहिए, उहदी वाइफ का नाम लिखा जा रहा इस किताब में। तो इस किस्म की हमाकत करन वाले बंदे का एक शरीफ आदमी की जवाब दे, जिवें कोई बदमाश आदमी किसी नूं गालां कढ़ दे उहदा की जवाब आ? शरीफ आदमी तो चुप करके अपने घर वड़ जाएगा ना। तो इस किस्म की बदमाशी हमाकत इस बंदे ने पीटर फ्रेडरिक ने की या इस तो करवाई गई है, तो इस करके इन चीज़ों का जवाबदार
मतलब जी असलीयत आ उ है जो फैक्ट है। फैक्ट के जिन्या को उन्होंने लिमिटेशन है अंडर द सरकमस्टांसिस वह बेचारे अपना यतनशील आ उस काम कर रहे हैं, किसी तो पैसा लिया नहीं, पल्यों लखा डॉलर दिते आ उन्होंने, तो उस दे विच उन्हां दा विचारियां दा की गुना। अच्छा डॉक्टर साहब अपन पिछे चलते हैं, आप शुरू च जे जाके गल करिए, ਤੁਸੀਂ ਕਿਤਾ ਪਿਤਪਾਲ ਦਾ ਜ਼ਿਕਰ ਕੀਤਾ ਹੈ ਵੀ 1990 ਦੇ ਵਿੱਚ ਉੱਥੇ ਚਲੇ ਜਾਂਦੇ ਨੇ, ਉਹ ਖਾਲਸਾ ਦੀ ਹਮਾਇਤ ਕਰਦੇ ਨੇ, ਤੁਹਾਨੂੰ ਪਤਾ ਹੈ ਖਾਲਸਾ ਦੇ ਸਪੋਰਟਰ ਨੇ, ਖਾਲਸਾ ਦੀ ਗੱਲ ਚੁੱਕਦੇ ਨੇ ਉੱਥੇ ਜਾ ਕੇ। ਤੁਸੀਂ ਹੁਣ ਖਾਲਸਾ ਦੀ ਸਮਰਥਕ ਹੋ, ਤੁਸੀਂ ਖਾਲਸਾ ਦੀ ਸਪੋਰਟ ਕਰਦੇ ਹੋ? ਨਹੀਂ ਮੈਂ ਤਾਂ ਦੇਖੋ ਆਈ ਐਮ ਏ ਹਿਸਟੋਰੀਅਨ, ਆਈ ਹੈਵ ਟੂ ਰਾਈਟ ਦੀ ਹਿਸਟਰੀ। ਨਹੀਂ ਖਾਲਸਾ ਸਪੋਰਟ ਕਰਦੇ ਹੋ ਤੁਸੀਂ? ਗੱਲ ਜਿਹੜਾ ਹਿਸਟੋਰੀਅਨ ਹੁੰਦਾ ਉਹ ਡਿਸਪੈਸ਼ਨੇਟ ਹੁੰਦਾ, ਉਹ ਇਨਵੋਲਵਡ ਨਹੀਂ ਹੁੰਦਾ ਕਿਸੇ ਗੱਲ 'ਚ। ਕੋਈ ਹਿਸਟੋਰੀਅਨ ਇਸ ਕਿਸਮ ਦਾ ਥੋੜ੍ਹਾ ਹਿਸਟੋਰੀਅਨ ਹੋਇਆ ਜਿਹੜਾ ਕਿਸੇ ਸਟਰਗਲ ਦਾ ਵੀ ਪਾਰਟ ਹੋਵੇ ਅਤੇ ਰਾਈਟਰ ਵੀ ਹੋਵੇ, ਸਮਝੇ ਕਿ ਨਹੀਂ? ਮੈਂ ਇੱਕ ਪ੍ਰੋਫੈਸ਼ਨਲ ਹਿਸਟੋਰੀਅਨ ਹਾਂ, ਔਰ ਬਤੌਰ ਪ੍ਰੋਫੈਸ਼ਨਲ ਹਿਸਟੋਰੀਅਨ ਮੈਂ ਹਰ ਚੀਜ਼ ਦੇ ਉੱਤੇ ਲਿਖਦਾ, ਖਾਲਿਸਤਾਨ 'ਤੇ ਵੀ ਲਿਖਦਾ, ਜਿਹੜੀ ਸਿੱਖਾਂ ਦਾ ਜੈਨੋਸਾਈਡ ਹੋਇਆ ਉਹਦੇ 'ਤੇ ਵੀ ਲਿਖਿਆ, ਬਲਿਊ ਸਟਾਰ ਜਿਹੜਾ ਅਟੈਕ ਦਰਬਾਰ ਸਾਹਿਬ 'ਤੇ ਕੀਤਾ ਇੰਡੀਅਨ ਆਰਮੀ ਨੇ ਉਹਦੇ 'ਤੇ ਵੀ ਮੈਂ ਲਿਖਿਆ। ਤੋ ਮੇਰਾ ਤਾਂ ਮਤਲਬ ਐਜ਼ ਏ ਹਿਸਟੋਰੀਅਨ ਉਸ ਪ੍ਰੋਫੈਸ਼ਨਲ ਫਰੇਮਵਰਕ ਦੇ ਵਿੱਚ, ਹਿਸਟੋਰੋਗ੍ਰਾਫੀ ਦੇ ਫਰੇਮਵਰਕ ਦੇ ਵਿੱਚ ਮੈਂ ਸਾਰੀ ਚੀਜ਼ ਲਿਖੀ। ਮੈਂ ਖਾਲਿਸਤਾਨ ਦੀ ਲਿਖਣੀ ਆ, ਮੈਂ ਖਾਲਿਸਤਾਨ ਬਾਰੇ ਲਿਖਿਆ, ਖਾਲਿਸਤਾਨ ਦੀ ਸਾਰ ਪਹਿਲੂ ਤੋਂ ਮੈਂ ਉਹਨੂੰ ਟਰਾਈ ਟੂ ਅੰਡਰਸਟੈਂਡ, ਐਕਡੈਮਿਕ ਅੰਡਰਸਟੈਂਡਿੰਗ, ਐਕਡੈਮਿਕ ਇੰਟਰਪ੍ਰਟੇਸ਼ਨ, ਐਕਡੈਮਿਕ ਉਸਦੀ ਐਕਸਪਲੇਨੇਸ਼ਨ ਮੈਂ ਦਿੰਦਾ। ਤੁਸੀਂ 2012 ਦੇ ਵਿੱਚ ਬਾਹਰ ਜਾਂਦੇ ਹੋ ਅਮਰੀਕਾ ਦੇ ਵਿੱਚ, ਮੈਂ 2012 ਦੇ ਵਿੱਚ ਜਾਂਦੇ ਹੋ, ਤੁਹਾਨੂੰ ਜੋ ਖਾਲਿਸਤਾਨ ਦੇ ਸਮਰਥਕ ਨੇ ਸਪੋਰਟ ਕਰਦੇ ਨੇ, ਤੁਹਾਨੂੰ ਸਤੋਪੇ ਪਾਉਂਦੇ ਨੇ, ਤੁਸੀਂ ਉੱਥੇ ਜਾ ਕੇ ਪਲੇਟਫਾਰਮ ਸਾਂਝੇ ਕਰਦੇ ਹੋ, ਫਿਰ ਤੁਹਾਨੂੰ ਹਿਚਕਚਾਹਟ ਕਿਉਂ ਹੋਦੀ ਹੈ? ਖਾਲਿਸਤਾਨ ਸਮਰਥਕ ਨਹੀਂ ਹੋ? ਮੈਂ ਮੇਰੀ ਗੱਲ ਨਹੀਂ ਤੂੰ ਸਮਝਦਾ, ਮੈਨੂੰ ਕੋਈ ਬੰਦਾ ਤੂੰ ਮੈਨੂੰ ਸਰੋਪਾ ਪਾ ਰਿਹਾ, ਮੈਂ ਤੈਨੂੰ ਪੁੱਛੂ ਵੀ ਤੂੰ ਕੌਣ? ਵੁਡਾਈ ਆਸ ਕੇ ਪਰਸਨ, ਇੱਕ ਬੜਾ ਵੱਡਾ ਫੰਕਸ਼ਨ ਹੋ ਰਿਹਾ, ਹਜ਼ਾਰਾਂ ਬੰਦਿਆਂ ਦੀ ਉੱਥੇ ਗੈਦਰਿੰਗ ਆ, ਕਰਾਊਡ ਆ, ਕਿੰਨੇ ਬੰਦੇ ਮੇਰੇ ਗੱਲ ਦੇ ਵਿੱਚ ਸਰੋਪਾ ਪਾਉਂਦੇ ਆ? ਦੇਰ ਆਰ ਵੈਰੀ ਮੈਨੀ ਪੀਪਲ ਜਿਹੜੇ ਮੇਰੀਆਂ ਕਿਤਾਬਾਂ ਪੜ੍ਹਦੇ ਆ, ਦੇ ਐਡਮਾਇਰ ਮੀ ਔਨ ਅਕਾਊਂਟ ਆਫ ਮਾਈ ਵਰਕ। ਮੇਰਾ ਕੋਈ ਕੰਮ ਇਹ ਹਿਡਨ ਥੋੜ੍ਹਾ, ਮੈਂ ਤਾਂ ਪਬਲਿਸ਼ ਕੀਤਾ ਹੋਇਆ ਕੰਮ, ਔਰ ਕਿਤਾਬ ਸਾਰੇ ਦੁਨੀਆ ਦੇ ਅਖਬਾਰਾਂ 'ਚੋਂ ਰਿਵਿਊ ਹੋਏ ਹੋਏ ਆ ਮੇਰੇ ਕਿਤਾਬਾਂ, ਮੈਂ ਆਰਟੀਕਲ ਲਿਖੇ ਹੋਏ ਆ ਸੈਂਕੜਿਆਂ ਦੀ ਤਾਦਾਦ ਦੇ ਵਿੱਚ, ਇੰਡੀਅਨ ਐਕਸਪ੍ਰੈਸ ਦੇ ਵਿੱਚ ਲਿਖੇ ਆ, ਟ੍ਰਿਬਿਊਨ ਦੇ ਵਿੱਚ ਲਿਖੇ ਆ, ਰਿਵਿਊ ਕੀਤੇ ਕਿਤਾਬਾਂ ਦੇ, ਹਿੰਦੁਸਤਾਨ ਟਾਈਮ 'ਚ ਲਿਖੇ ਆ, ਕਿੰਨੇ ਪੰਜਾਬੀ ਦੇ ਅਖਬਾਰਾਂ 'ਚ ਲਿਖੇ ਆ, ਅਜੀਤ 'ਚ ਲਿਖੇ ਆ, ਪੰਜਾਬੀ ਟ੍ਰਿਬਿਊਨ 'ਚ ਲਿਖੇ ਆ, ਸਪੋਕਸਮੈਨ 'ਚ ਲਿਖੇ ਆ। ਤੋ ਮੇਰਾ ਮਤਲਬ ਮੇਰਾ ਤਾਂ ਆਈ ਐਮ ਏ ਪ੍ਰੋਫੈਸ਼ਨਲ ਪਰਸਨ, ਆਈ ਐਮ ਨੋਟ ਏ ਮਤਲਬ ਕੋਈ ਮੈਂ ਐਕਟੀਵਿਸਟ ਹੋਵਾਂ, ਕੋਈ ਮੈਂ ਗੋਲੀ ਚੱਕ ਕੇ ਕਿਸੇ ਨੂੰ ਮਾਰਾਂ, ਮੈਂ ਇਸ ਗੱਲ ਦੇ ਬਿਲਕੁਲ ਵਿਰੋਧ 'ਚ ਹਾਂ। ਕਿਸੇ ਬੰਦੇ ਨੂੰ ਮਾਰਨ ਦਾ ਹੱਕ ਕਿਸੇ ਇਨਸਾਨ ਦਾ ਨਹੀਂ, ਜਿਹੜੀ ਜ਼ਿੰਦਗੀ ਆ ਰੱਬ ਨੇ ਦਿੱਤੀ, ਤੋ ਰੱਬ ਦੀ ਰਹਿਮਤ ਦੇ ਵਿੱਚ ਰਹਿਣ ਦਾ ਹਰ ਬੰਦੇ ਦਾ ਇੱਕ ਹੱਕ ਆ, ਔਰ ਉਸਦਾ ਉਹ ਰਾਈਟ ਵੀ ਹੈ। ਮੈਂ ਦੁਬਾਰਾ ਇੱਥੇ ਆਉਣਾ, WSO ਬਣਾਈ ਸੀ ਸਿੱਖ ਔਰਗਨਾਈਜ਼ੇਸ਼ਨ, ਤੁਸੀਂ 84 ਤੋਂ ਪਹਿਲਾਂ ਗਏ, ਤੁਹਾਡੇ ਨਾਲ ਜਸਵੰਤ ਸਿੰਘ ਭੁੱਲਰ ਗਏ? ਨਹੀਂ ਮੇਰੇ ਨਾਲ ਨਹੀਂ ਗਏ, ਤੁਸੀਂ ਨਾਲ ਗਏ? ਨੋ ਆਈ ਵੈਂਟ ਸੈਪਰੇਟ, ਮੈਂ ਪਹਿਲਾਂ ਇੰਗਲੈਂਡ ਗਿਆ, ਇੰਗਲੈਂਡ ਤੋਂ ਫਿਰ ਮੈਂ ਜਰਮਨੀ ਆਇਆ, ਜਰਮਨੀ ਤੋਂ ਬਾਅਦ ਮੈਂ ਫਿਰ ਇੰਗਲੈਂਡ ਗਿਆ, ਇੰਗਲੈਂਡ ਤੋਂ ਬਾਅਦ ਮੈਂ ਫਿਰ ਅਮਰੀਕਾ 'ਚ ਗਿਆ। ਫਿਰ ਤੁਹਾਡੇ ਨਾਲ ਮਨਜੀਤ ਸਿੰਘ ਸਿੱਧੂ ਵੀ ਸਨ? ਹਾਂ, ਜੋ ਕਿ KPS ਗਿੱਲ ਦੇ ਕੁੜਮ ਸਨ। ਬਿਲਕੁਲ, ਤੁਹਾਡੇ ਕੁੜਮ ਉਹ ਬਾਅਦ 'ਚ ਬਣਿਆ। ਹਾਂ, ਤਾਂ ਫਿਰ ਕੀ ਇੱਦਾਂ ਤੁਸੀਂ WSO ਲੈ ਕੇ ਤੁਸੀਂ ਅਮਰੀਕਾ ਵਿੱਚ ਗਏ, ਉੱਥੇ ਸਿੱਖਾਂ ਉਹਦਾ ਜਿਹੜਾ WSO ਦਾ ਜੋ ਵੀ ਉੱਥੇ ਹੋਇਆ, ਆਈ ਵਾਜ਼ ਨੋਟ ਪ੍ਰੈਜੈਂਟ ਓਵਰ ਦੇਅਰ, ਨਿਊਯਾਰਕ ਦੇ ਵਿੱਚ ਜਿੱਥੇ ਜਨਰਲ ਭੁੱਲਰ ਨੂੰ ਸੈਕਰਟਰੀ ਜਨਰਲ ਉਹਨਾਂ ਨੇ ਬਣਾਇਆ, ਬਾਅਦ ਵਿੱਚ ਕੱਢਿਆ ਵੀ ਗਿਆ, ਬਾਅਦ ਵਿੱਚ ਦੇਸ਼ ਨਿਕਾਲਾ ਵੀ ਕਰ ਦਿੱਤਾ ਗਿਆ। ਠੀਕ ਆ, ਤੁਸੀਂ ਨਾਲ ਹੀ ਸੀ ਉਸ ਸਮੇਂ ਅਮਰੀਕਾ? ਨੋ, ਮੈਂ ਇਹਨਾਂ ਦੇ ਨਾਲ ਮੈਂ ਅੱਡ ਸੀ, ਆਈ ਵਾਜ਼ ਸੈਪਰੇਟ। ਮੇਰਾ ਮਤਲਬ ਮੈਂ ਆਈ ਐਮ ਐਨ ਅਕੈਡਮਿਸ਼ੀਅਨ, ਲੈਟ ਮੀ ਟੈਲ ਯੂ ਵਨ ਥਿੰਗ, ਮਾਈ ਕਮਿਟਮੈਂਟ ਇਜ਼ ਟੂ ਮਾਈ ਪ੍ਰੋਫੈਸ਼ਨ, ਟੂ ਮਾਈ ਅਕੈਡੈਮਿਕਸ, ਟੂ ਮਾਈ ਯੂ ਨੋ ਡਿਸਿਪਲਨ। ਮੈਂ ਉਸ ਡਿਸਿਪਲਨ ਦੇ ਫਰੇਮਵਰਕ 'ਚ ਹੀ ਕੰਮ ਕਰਦਾ। ਮੈਂ ਆਪਣੀ ਕਿਤਾਬ ਦੇ ਵਿੱਚ ਵਾਸ਼ਿੰਗਟਨ ਦੀ ਜਿਹੜੀ ਕਾਂਗਰਸ ਦੀ ਲਾਇਬ੍ਰੇਰੀ ਆ, ਉਸ ਦੇ ਵਿੱਚ ਜਾ ਕੇ ਕੰਮ ਕੀਤਾ। ਮੇਰੀ ਕਿਤਾਬ ਦੇ ਵਿੱਚ ਕੋਟੇਸ਼ਨਸ ਹੈਗੀਆਂ ਇਨ ਹੰਡਰਡਸ, ਇੰਡੀਆ ਕਮਿਟ ਸੁਸਾਈਡ ਦੇ ਵਿੱਚ ਸੈਂਕੜਿਆਂ ਦੇ ਵਿੱਚ ਮੇਰੀਆਂ ਉੱਥੋਂ ਕਿਤਾਬਾਂ ਮੈਂ ਰਿਸਰਚ ਕਰਕੇ ਉਹਨਾਂ ਦੀਆਂ ਕੋਟੇਸ਼ਨਸ ਲੈ ਕੇ ਸੁਬਾਹ ਜਾਂਦਾ ਸੀ, ਸ਼ਾਮ ਨੂੰ ਬਾਹਰ ਨਿਕਲਦਾ ਸੀ, ਉਹ ਦੇਖ ਲਓ ਤੁਸੀਂ। WSO ਬਣਨ ਦਾ ਕਾਰਨ ਕੀ ਸੀ? ਬਾਹਰ WSO ਵਰਲਡ ਸਿੱਖ ਔਰਗਨਾਈਜੇਸ਼ਨ ਹੈਗੀ। ਕੰਮ ਕੀ ਕੀਤਾ ਉਹਨਾਂ? ਕੰਮ ਉਹਨਾਂ ਨੇ, ਹੁਣ ਮੈਂ ਤਾਂ ਕੰਮ ਕੀ ਕੀਤਾ, ਜੋ ਕੁਛ ਉਹ ਕਰ ਸਕਦੇ ਸੀ ਕੀਤਾ, ਨਹੀਂ ਕੀਤਾ ਤਾਂ ਨਾ, ਉਹਨਾਂ ਦੀ ਦੇ ਆਰ ਆਨਸਰੇਬਲ ਟੂ ਦੈਟ। ਤੁਸੀਂ ਕੋਈ ਉਸ ਕੰਮ ਨਹੀਂ ਕੀਤਾ? ਮੈਂ ਕੋਈ ਕੰਮ ਨਹੀਂ ਕੀਤਾ ਉਸਦੇ। ਹੁਣ ਅੱਗੇ ਵਧੇ ਉਸ ਉੱਪਰ, ਉਸ ਬਾਅਦ ਇਹ ਤੁਸੀਂ ਸਾਰੀ ਗੱਲ ਜ਼ਿਕਰ ਕੀਤਾ, ਫਿਰ 84 ਦੇ ਬਾਅਦ ਦੀ ਗੱਲ ਆਉਂਦੀ ਹੈ। ਉਸ ਬਾਅਦ ਜੇ ਮੈਂ ਉਸ ਦੇ 'ਚ ਕੋਈ ਕੰਮ ਕੀਤਾ ਹੁੰਦਾ, ਮੈਨੂੰ ਯੂਨੀਵਰਸਿਟੀ ਟਰਮੀਨੇਟ ਕਰ ਦਿੰਦੀ। ਆਈ ਵਾਜ਼ ਐਨ ਇੰਪਲਾਈ ਆਫ ਦੀ ਯੂਨੀਵਰਸਿਟੀ, ਮੇਰੀ ਗੱਲ ਸੁਣੋ, ਮੈਂ ਆਪਣੀ ਆ ਕੇ ਜੋਬ ਜੁਆਇਨ ਕਰ ਲਈ,
छुट्टी मैं लेके गया सी, छुट्टी मेरी मंजूर हो गई। तो मैं जे कोई की होंगी मैनू इंटैलीजेंस छड़ दी, मैनू इंडियन इंटैलीजेंस मार दें। मैं यूनिवर्सिटी का प्रोफेसर हाँ, डिसिपलिन आदमी हाँ, उस डिसिपलिन काम किया, पेनशन लै रहा, समझ गए मेरी गल। मैं तो नाले हिंदू यूनिवर्सिटी काम किया, मैनू तो मिनट लाने क्ढन लगे हो, मेरी गल समझ कि नहीं। स्पॉन्सरशिप तो बहुत आदि कहते स्पॉन्सरशिप आई ने, मैं दुनिया चाहिए, मैं बुलाते हैं, मैं उत्थे लैक्चर दिना, मैं पॉइंट ऑफ व्यू एक्सप्रैस करदा अपना, मैनू मैं लिख के दिता, किताबा च मेरा लिखा गया, किताबा मेरिया सारी दुनिया पढ़ती है, तू नहीं पढ़ी तो गल अलग। नहीं काफ़ी अच्छी किताबा तो जो तुम लिखी हुई ने, बस वो सारी रिव्यू हुई भी हाँ, वर्ल्ड लैवल से रिव्यू हुई, इंडिया च इंडियन एक्सप्रैस रिव्यू हुई है, ट्रिब्यून च रिव्यू हुई है, हिंदू अखबार च रिव्यू हुई है, समझे कि नहीं, को सारी दुनिया च रिव्यू हुई मेरिया किताबा। हम बस एक कक्ष की गल करते 1990 दशक के बाहर जाते हैं पितपाल, उस बाद ओलख साहब की भी गल आई जिन्होंने काफ़ी काम उत्थे किया, तो ओलख साहब तो पितपाल इकट्ठे होकर क्यों नहीं चले, टीचा एक सी निशाना एक सी, भी सिखा की गल चुकनी है, पितपाल जी ने ओलख का विरोध विरोध किया, नो नॉट विरोध किया पितपाल, मतलब 1% भी नहीं, बिल्कुल झूठ बोल रहा जो इन्हें भी नहीं, पीटर ने भी नहीं कहा भी उन्हें विरोध किया, कहा कडो किताबा पई है, बिल्कुल नहीं उन्हें विरोध किया, पैसे दिता रहा ओलख ने, हर महीने पैसे दिता रहा ओलख, किस चीज़ के पैसे, पैसे भी तू कम कर सिखी सिख पॉइंट ऑफ व्यू से, तू कम कर, तू लॉबी कर सिख सिखा दे हक दे विच, कांग्रेस दे विच जाके लॉबी कर, उन्हें कॉकस नहीं बनाया, सिख कॉकस पहली बार सारे सिखा के इतिहास के प्रितपाल ने बनाया 2013 च, हाँ दो मैं डेट का नहीं एग्जैक्ट, मैं आप बोलिया सिख कॉकस के उत्ते, मैं पानिया का इशू उत्थे प्रोजेक्ट किया भी साढ़े नाल अनकॉन्सटीट्यूशनली अनकॉन्सटीट्यूशनैलिटी के अधीन साडा पानी खोके लै गए फोर्सिबली, विच इज़ नॉट विद इन द फ्रेमवर्क, मता पास किया उत्थे, नहीं उन्होंने नहीं किया, मैं अपना पॉइंट ऑफ व्यू दिता, मता पास की हल होने ना चीज़ों, तुसी अपनी गल करनी है, मेरी गल समझे कि नहीं, हुण आ गल करदी आ माया मित्रा जिहड़ी बंगाल दी बहुत बेस्ट स्पीकर आ, कोई उहदी गल मन्नी थोड़ा जांदी है, उस उन्हें किसानां दे अंदोलन च किड्डी वड्डी वंडरफुल स्पीच दित्ती है, इस तरीके नाल बादल जिहड़ी हरसिमरत आ उहने स्पीच दित्ती है, कोई गल उन्होंने थोड़ा मन्नी, उन्होंने हल्ला गुल्ला करके उन्होंने चुप कराउण दी कोशिश कीती आ, किन्ने स्पीकर बोले आ किसानां दे अंदोलन दे विच इंडियन पार्लीमेंट के फ्लोर के उत्ते, पर अगलिया की मेजोरिटी आ बीजेपी की, उन्होंने हल्ला गुला करके चुप कराता, इस किस्म की गल आ उत्थे भी। अच्छा गुरमीत सिंह ओलख जी ने UNO तक नाम पहुँचाता सिखा का, तुहानू पता है काफ़ी उन्होंने आवाज चुकी, सिख ओकस ने अजे कहे काम किए ने 8 साल जो पंजाब फायदा होंजाब रहते सिखा का फायदा हो, सिख जो भी होया सिखा का जेनोसाइड होया उस जेनोसाइड का मता कितने, जेनोसाइड का मता नहीं पास करा सकता, वो उन्होंने गल की चुक सकते पंजाब दे सिखां दी, सुनो प्लेटफॉर्म है, वो प्लेटफॉर्म है, हुण जिस तरह किन्ने प्लेटफॉर्म चलते हैं समझे कि नहीं, हुण इसे मैं तुहानूं दसदा रहा किसानां दे अंदोलन दे उत्ते केड़ी पार्टी नहीं बोली, TMC बोली किन्नी फोर्सफुली बोली, हरसिमरत बोली, दूसरियां पार्टियां बोलियां, सारे बोले, पर अगले कौन सुनदा जिन्हां दी मेजोरिटी है, मैनूं दसदा सही उन्होंने चुप कराते बैठ जा चुप करके बोलना, हूँ हला गुला करके चुप करा देंगे, वो इस किस्म की गल है दुनिया के डेमोक्रेटिक फोरम के मेजोरिटी रूल्स की रूस्ट। चलो मैं एक स्पष्ट सवाल तुम तू गल पहला समझ, मैं समझ लिया हाँ। सिख कॉकस की पंजाब दे विच रह रहे सिखा का मसला हाँ चुक सकती है, एब्सोल्यूटली जिथे भी जाति होएगी विद इन द फ्रेमवर्क ऑफ द अमेरिकन कॉन्स्टिट्यूशन ट्राई टू अंडरस्टैंड दैट, वो उस गल दे जिहड़े अमेरिका है वो अपने आप नू समझदा भी असी दुनिया के जिहड़े जिथे भी माइनोरिटीज़ दे नाल ह्यूमन राइट्स उन्हां दी एक्सप्लॉयटेशन हुंदियां असी उन्हां दी आवाज़ बुलंद करदे, उन्हां दे अपने फोरम बने हुए एक थोड़ा आ, कॉकस इज़ वन देर आर मैनी लाइक दैट, किन्ने उन्हां दे इंस्टीट्यूशन बने हुए आ, यूनिवर्सिटियां दे विच बैठे प्रोफेसर इस चीज़ की आवाज़ बुलंद करते, तो उस विच एक प्लेटफॉर्म है एक फोरम है, समझे कि नहीं, तुसी सेमिनार करके अपना फोरम बना लो, तुसी उत्थे जाके बुला लो, मैं बोलता रहा, मैं कॉकस से बोलिया पानिया दे इशू दे, पर कई सिख कॉकस दे मेंबर कहंदे ने कि असीं इंडिया दे मुद्दे नहीं चुक सकदे, ओ सिख कॉकस दे रूल दे विच भी लिखा है नहीं चुक सकदे मुद्दे पंजाब दे, सुन कोई भी बंदा हुण असीं कहीए किसे दा गल तां फड़ नहीं सकदे,
उन्हों यही कह सकते हैं समझा सकते हैं भी भाई साडा आ प्रॉब्लम आ साडे नाल आजादी हुई है साडे नाल बेरहमी हो रही है साडे नाल इंडियन कॉन्स्टिट्यूशन नहीं अपलाई तू साडी गल कर अही कह ही सकते परसुएड ही कर सकते नहीं कह तो सकते हैं बच्चे पर अपनी जबान तो नहीं फट सकते चुक नहीं सकते ना कहने तो सारे कहते हैं पर उत्थे नहीं चुक सकते ना नहीं समझे किसानों का किड्डा जबरदस्त अंदोलन लखा बंदे उत्थे बैठे हैं बैठे कि नहीं हाँ जी लखा बंदे बैठे है इंडियन पार्लीमेंट के इशू किन्नी जोरदार तरीके उठाया गया अगला टस्तो मस नहीं होया ना वो तो नहीं टस्तो मस होया वो गए ही नहीं प्राइम मिनिस्टर उत्थे गए ही नहीं समझे कि नहीं इस तरीके एग्रीकल्चर मिनिस्टर भी एक दिन गया एक दिन गए ही नहीं तो उन्हां दी ताकत है वो मेजोरिटी ये मेजोरिटेरियनिज्म आ मेजोरिटेरियनिज्म के अंडर धक्का कर रहे हैं घट गिनतियों के नाल उन्हां दी आवाज़ नूं सप्रेस कर रहे हैं तो चलो आप इस गल्ल ते आ जांदे हां किसानी मोर्चे वास्ते किसानी मोर्चा हुण लग्गिआ सतवां महीना चलदा पिआ सिख कॉकस ने की कीता सिख कॉकस ने अड प्लेटफॉर्म दे उत्ते जाके उन्हां नूं 32 लाख रुपए दे तां भेजे आ की इहदा नवां टॉयलेट्स अच्छा हुण जिन्ना सुन लै ना फिर उन्हां दे लंगर दे लई उन्हां ने लखां रुपए कंट्रीब्यूट कीते आ होर उन्हां ने होर अड अड प्लेटफॉर्मां तों रेजोल्यूशन पास करवाए आ गुरद्वारिआं चों रेजोल्यूशन पास कराए सिखां ने इत्थे ही नहीं इंग्लैंड दे विच और डॉक्टर टेसी आ उसने स्पैशल सैशन बुलवाया हाउस ऑफ कॉमन्स का उत्थे आवाज़ हुई कौन सुनदा कोई सुनदा नहीं डॉक्टर साहब और देखो टाइम मैगजीन टॉप का मैगजीन है दुनिया का नंबर वन उहदे दो जिहड़े मेन इशू किसानां ते आए उहदा कवर दे उत्ते किसान बीबियां दीआं फोटो आई सारी दुनिया आस्ट्रेलियन पार्लीमेंट दे विच किसानां दा मसला उठवाया उत्थों दे सिखां ने कितने नहीं उठा सब कंट्रियां अलग अलग सिखा ने काम किया मेरा सवाल है कि जो सिख कोकस खालिस्तानी ने बनवाई है इस चीज तुम एग्री हो तो खालिस्तानी सपोर्ट करते प्रितपाल उस चीज पर्सन ने मेरी गल तो सुनो कोकस दे विच कोई प्रितपाल दे कोल कोई अथॉरिटी नहीं है नहीं बनवाया तो उन्होंने ही है ना 2013 विच बनवाया हुण मेरी गल सुनो तुम किसी बंदे नूं कुछ कह रहे हो भी आ भाई मेरी काम कर दे ये तो अगले की मर्जी है करे ना करे हुण मैनू कोई बंदा कहे तू ये काम कर दे मेरी मर्जी करा ना करा कोई उन्हें वो जर खरीदता नहीं है उन्हें खरीदता नहीं ले मैंबर जो सैनेट दे या हाउस ऑफ दे आर बिग पीपल वो वर्ड दे वोटा सपोर्ट तो करते हो वोट मंगल करते ही फिर सपोर्ट कर दूसरे पास इंडियन स्टेट आ इंडियन स्टेट हर एफर्ट करती है टू स्कटल एनी मूव विच इज़ मेड एनी पार्ट ऑफ द वर्ल्ड इन फेवर ऑफ द सिख कित भी हो उसनों स्कटल करते हैं हर हर वो हीला वरतते हैं पैसे भी खर्च करते हैं इंडियन स्टेट अरब इंडियन स्टेट के मुकाबले थोड़ा कोई सिख खर्च कर सकता मेरी गल सुन उन्होंने किन्ने मैं दिते हुए मेरी किताब पढ़ क्रिटिक ऑफ वैसटर्न राइटिंग ऑन सिख रिलीजन एंड हिस्टरी किड्डे किड्डे स्कॉलर उन्होंने खरीद के उन्होंने किताबं लिखवाई हैं और किताबं रिवाइज हो रही हैं तू वो ये इन्नी सौखी गल नहीं मैं लड़ाई लड़ी भी आ मैं किताबं लिखिया समझे कि नहीं मैं कई जगह उन्होंने जेडे सिख स्टडीज की चेयर पर उत्थे बैठा मिशीगन यूनिवर्सिटी के मंडेर उसनों बंद कराया उसकी इनकुआरी चल रही है तो ये इन्नी सौखी गल नहीं होंगी तुम तो ऐ समझते हो भी बस जी जो कहता सिखा नहीं असी कोई नहीं समझते जी ये सवाल ने सवाल नहीं है नहीं ये सवाल ने तुम अज आए इंटरव्यू करने सवाल ने अच्छा अगला 25 साल मेरे जिंदगी दे बेस्ट ऑफ माई ईयर ऑफ माई लाइफ आई हैव स्पेंट इन डिफेंडिंग सिखिज्म अगेंस्ट द ऑनस्लॉट ऑफ मैकलोड लुई फैनिक जी मर्फी आ उ लगी हुई ब्रिटिश कोलंबिया यूनिवर्सिटी एंड मैनी अदरस पिछौरा सिंह आ गुरिंदर सिंह मान आ ओबराए आ किन्ने बंदे इस तरह ओबराए फाउंडेशन आ मैं इन्हें तो हूँ लिखा ना ओबराए मेरी अपनी किताब जी 10 साल पहला छपी वो सारा कुछ लिखा अच्छा असर तुम जिक्र कर देंगे पैसे भेजे किन्ने बार हो जो खालिस्तानी सपोर्ट करते हैं अमेरिका चो टॉयलेट वास्ते कि सिख कॉकस मैंबर ने भेजे ने मेरी गल सिख कॉकस कोई पैसा नहीं भेज सकता जेडे सिख कॉकस नहीं कंट्रीब्यूट करते हैं उन्होंने सैपरेट प्लेटफॉर्म तो पैसे भिजवाए सिख संघर्ष जो उत्थे हो रहा है ना अंदोलन सिख किसानी अंदोलन उन्होंने वो कॉकस थोड़ा पैसे भेज सकता कॉकस का कोई अपना बजट थोड़ा होंदा सौ कॉकस की अपनी इंडिपेंडेंट एड एक प्लेटफॉर्म आ एक प्लेटफॉर्म आ ट्राई टू अंडरस्टैंड दैट
ਜਿਸਾ ਟਵਿੱਟਰ ਹੈ ਕਿੰਨਾਂ ਨੇ ਕੋਈ ਨਾਮ ਹੋਊਗਾ ਜਿਨ੍ਹਾਂ ਨੇ ਪੈਸੇ ਵੱਧ ਭਜਵਾਏ ਆ ਮੈਂ ਦੱਸਦਾ ਆਪਣੇ ਡਾਕਟਰ ਪ੍ਰਿਤਪਾਲ ਸਿੰਘ ਇਹਨਾਂ ਨੇ ਇਸੇ ਤਰੀਕੇ ਨਾਲ ਆਪਣਾ ਕੀ ਉਹਦਾ ਨਾਮ ਜਸਜੀਤ ਸਿੰਘ ਹੈ ਹੋਰ ਆ ਬਥੇਰੇ ਹੁਣ ਮੈਂ ਮੈਨੂੰ ਸਾਰਿਆਂ ਦੇ ਨਾਮ ਥੋੜ੍ਹਾ ਮੈਂ ਕਿਹੜਾ ਉੱਥੇ ਲੈਣਾ ਅੱਛਾ ਠੀਕ ਹੈ ਪੈਸੇ ਭੇਜੇ ਫਿਰ ਇੱਥੇ ਪੈਸੇ ਕਦੇ ਕਿਸੇ ਦੇ ਅਕਾਊਂਟ 'ਚ 5 ਰੁਪਏ ਵੀ ਆ ਜਾਂਦੇ ਨੇ ਜੋ ਖਾਲਸਾ ਦੀ ਸਪੋਰਟ ਬਾਹਰੋਂ ਕਰਦੇ ਨੇ ਐਨ ਆਈ ਦੇ ਨੋਟਿਸ ਚਲੇ ਜਾਂਦੇ ਨੇ ਇੱਥੇ ਕਿਸੇ ਨੋਟਿਸ ਨਹੀਂ ਆਇਆ ਨੇ ਪੈਸਾ ਭੇਜਿਆ ਗਿਆ ਤਾਂ ਉਹਨਾਂ ਨੇ ਜਿਹੜਾ ਮਟੀਰੀਅਲ 'ਚ ਪੈਸੇ ਹੁਣ ਟਾਇਲਟ ਚਾਹੀਦੇ ਸੀ ਜੇ ਉੱਥੇ ਅਗਲਿਆਂ ਨੇ ਮੈਨੂੰ ਨਹੀਂ ਪਤਾ ਕਿੰਨੀ ਗਿਣਤੀ ਹੋਣੀ ਆ ਹਜ਼ਾਰਾਂ ਦੀ ਤਾਦਾਦ 'ਚ ਗਿਣਤੀ ਹੋਣੀ ਉਹਨਾਂ ਟਾਇਲਟਸ ਦੀ ਅਗਲਿਆਂ ਨੇ ਟਾਇਲਟ ਖਰੀਦ ਕੇ ਦੇਤੇ ਇਸੇ ਤਰੀਕੇ ਖਾਲਸਾ ਏਡ ਵਾਲੇ ਮਟੀਰੀਅਲ ਭੇਜ ਰਹੇ ਆ ਆਕਸੀਜਨ ਨਹੀਂ ਭੇਜੀ ਹੁਣ ਉੱਥੋਂ ਜਹਾਜ਼ ਭਰ ਕੇ ਆਏ ਇੰਗਲੈਂਡ ਦੇ ਵਿੱਚੋਂ ਤਾਂ ਜੇ ਤੁਸੀਂ ਮਟੀਰੀਅਲ ਭੇਜ ਦੋਗੇ ਤਾਂ ਉਸ 'ਤੇ ਤਾਂ ਓਬਜੈਕਸ਼ਨ ਕਰ ਨਹੀਂ ਸਕਦੀ ਪਾਸ ਕਦ ਲੈਂਦੀ ਵੀ ਕੋਈ ਵੀ ਖਾਲਸਾ ਨਹੀਂ ਪੈਸਾ ਭੇਜਦਾ ਨਾ ਦੇ ਨੋਟਿਸ ਨੋਟਿਸ ਆਏ ਵੀ ਨੇ ਸਭ ਨੂੰ ਉਹ ਸਪੋਰਟ ਕਰਦੇ ਨਾ ਮੇਰੇ ਵੀਰ ਉਹਨਾਂ ਨੇ ਖਾਲਿਸਤਾਨੀ ਕੋਈ ਪਲੇਟਫਾਰਮ ਦੇ ਨਾਲ ਨਾਂ 'ਤੇ ਨਹੀਂ ਭੇਜੇ ਉਹਨਾਂ ਨੇ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਨੈਸੈਸਿਟੀ ਆ ਹੁਣ ਜਿਸ ਤਰ੍ਹਾਂ ਲੰਗਰ ਚਲਾਉਣ ਲਈ ਅਗਲਿਆਂ ਨੇ ਮਟੀਰੀਅਲ 'ਚ ਭੇਜਤੇ ਹੋਣੇ ਕਿਸੇ ਨੂੰ ਕਹਿਤਾ ਲੈ ਬਈ 1,00,000 ਰੁਪਏ ਦੀਆਂ ਦਾਲਾਂ ਦੇ ਦੇ ਉੱਥੇ 1,00,000 ਦਾ ਆਟਾ ਦੇ ਦੇ 1,00,000 ਦੀ ਚੀਨੀ ਦੇ ਦੇ ਚਾਹ ਦੇ ਦੇ ਜੋ ਵੀ ਤਾਂ ਇਹ ਹੈ ਅੱਛਾ ਇੱਕ ਹੋਰ ਸਵਾਲ ਹੈ ਕਿ ਅਰਮੀਨੀਆ 1914 ਦੇ 15 ਦੇ ਵਿੱਚ ਉੱਥੇ ਨਸਲ ਕੁਸ਼ੀ ਹੋਈ ਪਿਛਲੇ ਮਹੀਨੇ ਵਿੱਚ ਮਤਾ ਪਾਸ ਕਰਵਾ ਕੇ 50 ਮਿੰਟ ਦੇ ਵਿੱਚ 50 ਮਿੰਟ ਦੇ ਵਿੱਚ ਅਲਮੀਨੀਅਮ ਕੋਕਸ ਨੇ ਮਤਾ ਪਾਸ ਕਰਵਾ ਲਿਆ ਕਿ ਇਸ ਨੂੰ ਨਸਲ ਖੁਸ਼ੀ ਕਹੋ ਜੋ 1914 ਦੇ 15 ਵਿੱਚ ਹੋਇਆ ਸੀ ਕੋਕਸ ਨੂੰ 8 ਸਾਲ ਲੱਗ ਗਏ 84 ਬਾਰੇ ਗੱਲ ਹੀ ਨਹੀਂ ਚੁੱਕ ਪਾਏ ਮਤਾ ਹੀ ਨਹੀਂ ਪਾਸ ਕਰਵਾ ਪਾਏ ਕਿ ਉਹਨਾਂ ਦੇ ਨਾਲ ਸਿੱਖਾਂ ਦੇ ਨਾਲ ਇੱਥੇ ਕਤਲੋ ਗਾਤ ਹੋਈ ਹੈ ਇਹ ਮਤੇ ਦੀ ਕੋਈ ਕਾਪੀ ਦਿਖਾ ਦਿਓ ਜੇ ਹੈਗੀ ਤਾਂ ਉਹ ਹੋਇਆ ਅਰਮੀਨੀਆ ਵਾਲੇ ਕਦੋਂ ਦੇ ਕਰ ਰਿਹਾ ਪਤਾ ਤੁਹਾਨੂੰ ਨਹੀਂ ਮੈਨੂੰ ਪਤਾ ਤੁਸੀਂ ਪਾਰਟਲੀ ਗੱਲ ਨੂੰ ਸਮਝ ਲਓ ਅਰਮੀਨੀਆ ਵਾਲੇ ਕਿੰਨੇ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਆ ਵੀ ਸਾਡੀ ਗੱਲ ਚੱਲ ਜਾਵੇ ਕੋਕਸ ਦੇ ਉੱਤੇ ਹੁਣ ਟਰਕੀ ਨਾਲ ਪੰਗਾ ਪੈ ਗਿਆ ਅਮਰੀਕਾ ਦਾ ਰਾਈਟ ਤਾਂ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਅਮਰੀਕਾ ਦਾ ਇੰਟਰਸਟ ਹੈ ਇਸ ਵੇਲੇ ਟੂ ਸਪੋਰਟ ਅਰਮੇਨੀਆ ਅਗੇਂਸਟ ਟਰਕੀ ਨਾਟ ਦੈਟ ਦੇ ਆਰ ਇਨ ਫੇਵਰ ਆਫ ਅਰਮੇਨੀਆ ਟਰਕੀ ਨੂੰ ਉਹਨਾਂ ਦਾ ਆਪਣਾ ਕਲੈਸ਼ ਹੈ ਕਨਫਲਿਕਟ ਹੈ ਉਸ ਕਰਕੇ ਉਹਨਾਂ ਨੇ ਗੱਲ ਅਰਮੇਨੀਆ ਦੀ ਦੇ ਹੇਠਾਂ ਟਰਕੀ ਦੇ ਅਗੇਂਸਟ ਰੈਜ਼ੋਲੂਸ਼ਨ ਪਾਸ ਕੀਤਾ ਅੱਛਾ ਸਰ ਇੱਕ ਸਮਝੋ ਨਾ ਇੰਟਰਨੈਸ਼ਨਲ ਪੋਲਿਟਿਕਸ ਆ ਇਸ ਚੈਸ ਗੇਮ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਅੱਛਾ ਸੀ ਕੋਕਸ ਕਦੀ ਮਤਾ ਠਾਊਗਾ 84 ਵਾਲਾ ਜਾਂ ਇੱਥੋਂ ਦੀ ਜੋ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕ ਸਕਦਾ ਸੀ ਕੋਕਸ ਉੱਥੇ ਨਹੀਂ ਦੇਖੋ ਕਦੇ ਉਸ ਕੋਕਸ ਦੇ ਉੱਤੇ ਇਸ ਕਿਸਮ ਦੀ ਗੱਲ ਨਹੀਂ ਆ ਸਕਦੀ ਵੀ ਕੱਲ੍ਹ ਨੂੰ ਕਹੋ ਵੀ ਪੰਜਾਬ ਦੇ ਵਿੱਚ ਇੱਕ ਸੋਵਰਨ ਸਟੇਟ ਬਣ ਗਈ ਇੰਡੀਪੈਂਡੈਂਟ ਇਹ ਨਹੀਂ ਆ ਸਕਦੀ ਕਿਉਂ ਉਹ ਅਲੱਗ ਸਟੇਟ ਦੇ ਮੁੱਦੇ ਹੱਕ 'ਚ ਨਹੀਂ ਹੈ ਨਹੀਂ ਅਲੱਗ ਸਟੇਟ ਦੀ ਉਹ ਗੱਲ ਉਸ ਫੋਰਮ 'ਤੇ ਨਹੀਂ ਹੋ ਸਕਦੀ ਸੀ ਕੋਕਸ ਫੋਰਮ 'ਤੇ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਤੇ ਉਹ ਸਪੋਰਟ ਕਰ ਸਕਦੇ ਨੇ ਪੰਜਾਬ ਵਿੱਚ ਜੋ ਪੰਜਾਬ ਦੇ ਵਿੱਚ ਸਿੱਖਾਂ ਦਾ ਨਾਲ ਕਰ ਸਕਦੇ ਆ ਕੁਝ ਸਮੱਸਿਆ ਹੁੰਦੀ ਕਰ ਸਕਦੇ ਆ ਜਿਸ ਤਰ੍ਹਾਂ ਹੁਣ ਪਾਣੀਆਂ ਦੇ ਇਸ਼ੂ ਤੇ ਕਰ ਸਕਦੇ ਆ ਮੈਂ ਆਪ ਆਵਾਜ਼ ਉਠਾਈ ਆ ਉੱਥੇ ਫੋਰਮ ਤੇ ਨਹੀਂ ਮਤਾ ਮਤੇ ਦੀ ਗੱਲ ਕਰ ਰਿਹਾ ਮੈਂ ਆਵਾਜ਼ ਨਹੀਂ ਮਤਾ ਗੱਲ ਤਾਂ ਸੁਣ ਲਓ ਪਹਿਲਾਂ ਤੁਸੀਂ ਗੱਲ ਕਰੋਗੇ ਫੋਰਮ ਦਾ ਮਤਲਬ ਹੁੰਦਾ ਪਹਿਲਾਂ ਤੁਸੀਂ ਗੱਲ ਕਰੋ ਫਿਰ ਗੱਲ ਤੇ ਓਪੀਨੀਅਨ ਬਣਾਓ ਓਪੀਨੀਅਨ ਬਣਾਉਣ ਤੋਂ ਬਾਅਦ ਉਸ ਦਾ ਤੁਸੀਂ ਇੱਕ ਇੰਨਾ ਸਟਰੋਂਗ ਬਣਾ ਲਓ ਕਿ ਉਹ ਰੈਜ਼ੋਲੂਸ਼ਨ ਪਾਸ ਹੋ ਤਾਂ ਦੇ ਆਰ ਮੇਕਿੰਗ ਐਫਰਟ ਕੋਸ਼ਿਸ਼ ਕਰ ਰਹੇ ਆ ਹਰ ਹੀਲਾ ਵਰਤ ਰਹੇ ਆ ਹਰ ਐਫਰਟ ਕਰ ਰਹੇ ਆ ਹੁਣ ਕੋਈ ਚੀਜ਼ ਬੰਦੇ ਦੀ ਇਹ ਤਾਂ ਉਹ ਕੀ ਕਰ ਰਿਹਾ ਪੀਟਰ ਫਰੈਡਰਿਕ ਕੀ ਕਰ ਰਿਹਾ ਉਹ ਕਿਉਂ ਨਹੀਂ ਜਾਂਦਾ ਕੋਕਸ ਬਣਾਉਣ ਉਹ ਕਿਉਂ ਨਹੀਂ ਜਾਂਦਾ ਕੋਕਸ ਦੇ ਵਿੱਚ ਪੈਸੇ ਦਿੰਦਾ ਜਾ ਕੇ ਕਿਉਂ ਉਹ ਜਿਹੜੇ ਦੇ ਰਹੇ ਆ ਜਿਹੜੇ ਲਕੀਰ ਖਿੱਚ ਰਿਹਾ ਉਹਨਾਂ ਨੂੰ ਤਾਂ ਕੰਡੈਮ ਕਰ ਰਿਹਾ ਤੂੰ ਵੱਡੀ ਲਕੀਰ ਖਿੱਚਦੇ ਆਪੇ ਕੰਡੈਮ ਹੋ ਜਾਣਗੇ ਤੂੰ ਫੋਰਮ 'ਚ ਜਾ ਕੇ ਬੜਾ ਕੰਮ ਕਰਦੇ ਆਪੇ ਉਹ ਕਲਿਪਸ ਹੋ ਜਾਣਗੇ ਤਾਂ ਇਹ ਤਰੀਕਾ ਥੋੜ੍ਹਾ ਵੀ ਜਿਹੜੀ ਲਕੀਰ ਖਿੱਚੀ ਉਹਨੂੰ ਮਿਟਾ ਦਿਓ ਅਤੇ ਦੂਜੀ ਤੁਸੀਂ ਕੁਛ ਕਰੋ ਨਾ ਸਰ ਇੱਕ ਨਿਯਮ ਤਾਂ ਫਿਰ ਇਹ ਤਾਂ ਇਹੀ ਹੈ ਨਾ ਮੈਂ ਖੇਲਣਾ ਨਾ ਮੈਂ ਖੇਲਣ ਦੇਣਾ ਸਰ ਇੱਕ ਨਿਯਮ ਇਹ ਵੀ ਹੈ ਕਹਿੰਦੇ ਵੀ ਸੀ ਕੋਕਸ ਦੇ ਜੋ ਨਿਯਮ ਨੇ ਉਹ ਕਦੀ ਵੀ ਬਾਹਰ ਬਾਹਰਲੇ ਦੇਸ਼ਾਂ ਦੀ ਆਵਾਜ਼ ਨਹੀਂ ਚੁੱਕ ਸਕਦੇ ਅਤੇ ਆਪਾਂ ਕੇਸ ਦਾਅਵੇ ਨਾਲ ਕਹਿ ਦਾਂਗੇ ਕਿ ਉਹ ਮਤੇ ਪਾ ਦੇਣਗੇ ਇੱਥੋਂ ਨਹੀਂ ਐਂ ਨਹੀਂ ਹੁੰਦਾ ਨਹੀਂ ਇਹ ਲਿਖਿਆ ਸਿੱਖ ਉਹ ਸੁਣਤਾ ਸਿੱਖ ਕੋਕਸ ਦੇ ਵਿੱਚ ਫਰਜ਼ ਕਰੋ ਕਿਸੇ ਜਗ੍ਹਾ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਉਠਾਇਆ ਜਾ ਸਕਦਾ ਸਿੱਖ ਕੋਕਸ ਦੇ ਵਿੱਚ ਜਿਸ ਤਰ੍ਹਾਂ ਇੰਡੀਅਨ ਕੰਸਟੀਟਿਊਸ਼ਨ ਆ ਰਿਟਨ ਕੰਸਟੀਟਿਊਸ਼ਨ ਆ ਮੈਂ ਪਾਣੀਆਂ ਦਾ ਇਸ਼ੂ ਉੱਥੇ ਉਠਾਇਆ ਪਰ ਮੇਰੀ ਗੱਲ ਥੋੜ੍ਹਾ ਉਹਨਾਂ ਨੇ ਮੰਨ ਲਈ ਮੈਂ ਓਪੀਨੀਅਨ ਆਪਣਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉੱਥੇ ਆਪਣੀ ਆਵਾਜ਼ ਬੁਲੰਦ ਕੀਤੀ ਉੱਥੇ ਕਈ ਇੰਡੀਅਨ ਇੰਟੈਲੀਜੈਂਸ ਦੇ ਬੰਦੇ ਸੀ ਜਿਨ੍ਹਾਂ ਨੇ ਮੇਰੇ ਖਿਲਾਫ਼ ਬੋਲਿਆ ਤਾਂ ਮੈਂ ਕੀ ਕਰ ਸਕਦਾ ਕੋਈ ਉੱਥੇ ਡਾਂਗ ਥੋੜ੍ਹਾ ਮਾਰੀ ਜਾ ਸਕਦੀ ਆਪ ਇਹ ਓਪੀਨੀਅਨ ਦੀ ਲੜਾਈ ਹੈ ਆਈਡੀਆਜ਼ ਦੀ ਲੜਾਈ ਆ ਵਿਊਜ਼ ਦੀ ਲੜਾਈ ਹੈ ਕਲੈਸ਼ ਆਫ ਵਿਊਜ਼ ਹੈ ਕਲੈਸ਼ ਆਫ ਆਈਡੀਆਜ਼ ਹੈ ਉਹ ਕਲੈਸ਼ ਆਫ ਆਈਡੀਆਜ਼ ਤੁਸੀਂ ਇੱਕ ਓਪੀਨੀਅਨ ਹੀ ਦੇ ਸਕਦੇ ਹੋ ਹੋਰ ਤੁਸੀਂ ਕੀ ਕਰ ਸਕਦੇ ਹੋ
मेरे को आखिरी सवाल यह भी है कि जिवें तुसीं सारियां गल्लां रख रहे हो बड़े सिखां दे मन विच चर्चा सी खुक की है अलग अलग तरीके नाल जिवें किताब भी पई है किताब भी पढ़ के देखी उस विच काफ़ी कहा गया कि सिख कोकस जो है पंजाब दे मुद्दे या लागे मुद्दे जिहड़े नहीं चुक सकदा किताब विच लिखा गया दूसरी गल भी लिखी गई है भी जो जो पंजाब उठता खालसा दा मूँह दे विच शब्द पाया जाता है पंजाब नूं डाउन कर दिता जाता आपां देखिया गोदी मीडिया विच देखिया जाके आपां खालसा नूं कहा गया सिख कहे गए नक्सलवाड़ी कहे गए अलग अलग तरीके दीआं चीज़ां रखियां गईआं ने घट तो घट 60 जगह घट तो घट 25 पेज जे तूं इहनूं किताब मन तां मैं इहनूं किताब भी प्रोपेगेंडा पैम्फलेट आ उस दे विच गुरमीत सिंह औलख की इतनी तारीफ करता उन्होंने आसमान पर बिठा दिता मैं गुरमीत सिंह औलख को कंडेम नहीं कर रहा मैं ये कह रहा कि पीटर फ्रेडरिक इस किताब च गुरमीत सिंह औलख की हर पहलू तो तारीफ कर रहा और गुरमीत सिंह औलख अपनी जिंदगी जो कुछ उन्हें किया इस फ्रेमवर्क के सिख सॉवरन स्टेट खालिस्तान लिए किया पितपाल जी ने भी किया नहीं मेरी भी हक च बोले ना खालिस्तान सुन ला ते जो ये उन्हों का कह रहा भी इन्हें बहुत वधिया गल की ते दूसरे पासे प्रितपाल ने जे कोई आवाज़ उठाई उन्हों कह रहा भी ये सिख सॉवरन स्टेट की गल कर रहे हैं खालिस्तान की गल कर मतलब डुप्लीसिटी उहदी कंट्राडिक्शन अपनी गल दे विच ही आ खालिस्तान दा समर्थन सिमरजीत सिंह मान भी है वह तो बैठा हजार हजारा मील से सिमरजीत सिंह मान थोड़े विच बैठा सुबह शाम दिन रात कोई ऐसी जगह नहीं कोई गुरद्वारा नहीं कोई होर फोरम नहीं जिथे खालिस्तान दे गल नहीं कर हाई कोर्ट ने राइट दिता हाई कोर्ट ने बिना वायलेंस सुप्रीम कोर्ट ने दिता बिना वायलेंस तो फिर जे वो प्रितपाल कह रहा तो फिर वो कोई ओदे ते तुसीं दुश्मनबाजी कर रहे हो नहीं चलो वो औलख दी तुसीं तारीफ कर रहे हो उसे गल ते उसे गल ते मतलब बंदा की होया करैक्टर की होया इसदा चलो तुसीं भी खुल के नहीं कह रहे सपोर्टर खालसा ने तुसीं सोपे पाए ने तुसीं तासी अमेरिका जाने हो ते जाके पितपाल दे घर रहने हो जे मैं पितपाल दे घर रहना मैनूं कोई मिलना दुनिया दा बेस्ट ऑफ दी वर्ल्ड ऑर्डर जिहड़ा ओ सिख कौम दे कोल आ सारे वर्ल्ड ऑर्डर फेल हो चुके हैं अमेरिका कैपिटलिस्टिक सिस्टम भी फेल हो चुके हैं हुण तू कहेगा मैं अमेरिका के खिलाफ बोल रहा जिथे रेसिजम है जिथे रेसिजम आ जिस जिस रेसिजम की यह प्रोडक्ट आ पीटर फ्रेडरिक जिहड़ा हैगा तो वो मतलब उस रेसिजम दे च कालियां नाल किन्ना अन्याय हो रहा उत्थे अच्छा सर किन्नी बेइंसाफी हो रही है मैं उस गल दे कालियां दे 100% दी हक विच जिथे भी किसी नाल जात वायलेंस हुंदी है जाति हुंदी है बोलना चाहिए जाति बोलना चाहिए अच्छा सर किसानी मुद्दे की गल करिए किसानी मुद्दे दे विच आपां नूं पता है भी इस समय अलग अलग तरह के अलग अलग बयानबाजी होंदी है फिलहाल तो मोर्चा लगे काले कानून रद्द होने चाहिए ने हर एक किसान या हर एक पंजाब का व्यक्ति यही सोचता है कि किसान अपने घर वापस आन होर कोई भी उत्थे जाके शहीद ना होवे आपां नूं पता भी 450 तों उपर किसान जिहड़े शहीद हो गए 500 दे फिर किसानी मोर्चे में खलबली कौन पा रहा है किसानी मोर्चे उत्ते अटैक जथेबंदियों के अटैक कौन कर रहा है खाल जिहड़ी सिख जिहड़ा किसानी संघर्ष आ उस दे विच इंडियन इंटैलीजेंस इंडियन इंटैलीजेंस बहुत एक्टिव आ हर पहलू तो एक्टिव आ और कौन रूल कर रहा है इंडिया नू मोदी नहीं कर रहा डोवल कर रहा जोड़ा इंटैलीजेंस डोवल ही कह लो डोवल ही उहदा नाम आ वो इंटैलीजेंस का बंदा उन्हें कैबिनेट रैंक दिता पाया और वो इन्ना शैतान आदमी है कि वह हर पहलू तो हर चीज़ से शरारत कराउंदा इस तरह किसानी अंदोलन च भी शरारत करा अच्छा पंजाब दे विचों कोई बंदे फिट है इंटैलीजेंस के जो किसानी मोर्चे च खलल पा रहे हैं मैनू नहीं इस बारे नहीं आई आई एम नॉट अवेयर मैं कदे गया भी नहीं उत्थे जी तुसीं देखदे तां होवोगे किसानी मोर्चे नूं खबरां सुणदे होवोगे देखो जिहड़ी इंडियन इंटैलीजेंस आ हर पहलू तो एक्टिव है उन्होंने हो सकदा कोई प्लांट छड्डे हुए होण लाजमी छड़े होने ये तो मेरा क्यास आ ना मैं कड़ जानता अच्छा जब तुम कहना बाकी बत्ती जथेबंदियों सवाल किए जाने चाहिए ने बत्ती जथेबंदियों भंडना चाहिए जत्ती जथे ठीक है बत्ती जथेबंद खिलाफ सवाल हो सकते हैं करने भी चाहिए ने पर इतने आगे नहीं करना चाहिए पंजाब वापस आ जाइए मेरी गल सुनो जो जथेबंदियां है उन्होंने पहले देख लो कम तो देख लो एक गल मैं उन्होंने बहुत अच्छी लगती है कि उन्होंने ये फैसला किया भी कोई भी आपस में खतो खताबत होनी है सरकार के नाल उहदे ते 12 बंदे दे दस्तखत होने चाहिए
अगे की होया सिखा का पट्ठा बिठाता हरचंद सिंह लौंगोवाल ने चुप चुपीते मतलब राजीव लौंगोवाल अकॉर्ड कर लिया पानिया का मसला जिस गल ते सारा संघर्ष चलिया किन्ने सिखा दिया शहादत हुई दरबार साहब ढाटेरी अकाल तख्त साहब ढाटेरी चुप चुपीते जाके आप लिख के दिता भी नौवीं मत आउदी भी जाके इस वजह असं पट के देव कपूरी का मोर्चा कपूर सारा कुछ तो मेरा मतलब कहण दा इस गलों मैं उन्हां दी तारीफ करदा मैं ना उत्ते कदे गया मैनू उन्होंने बुलाया मेरी सेहत नहीं इजाजत दी मेरी उम्र नहीं इजाजत दिंदी तो मैं इस करके कट्ठ च जा नहीं सकता करोना करके समझे नहीं तो लेकिन मैं वॉच करदा रहिंदा मैं जिहड़े एक काले कानून आ जिन्हां नूं रिफॉर्म बिल कह रहे हो रिफॉर्म नहीं है वह शैतानी लफ्ज़ भी शैतानी का वरत रहा इट इज़ नॉट ए रिफॉर्म रिफॉर्म हुंदा किसी की वैलबींग उन्हें लफज इस किस्म के चुने ताकि इस लफजा के हेरा फेरी के फस जा लोग तो किसान ने उसकी सही लफज चुने काले कलू काले मैं ढिल्लों साहब एक आखिरी सवाल है तुम चर्चा की कोकस के उत्ते हूँ वाकई ही किसानी मोर्चे का 6 महीने हो गए हैं ਕੋਕਸ ਨੇ ਕਿੰਨੀ ਕੁ ਆਵਾਜ਼ ਚੁੱਕੀ ਹੈ ਕਿੰਨੀ ਕੁ ਆਵਾਜ਼ ਬੁਲੰਦ ਕਰ ਲਈ ਕਿੰਨੇ ਕੁ ਪ੍ਰੋਟੈਸਟ ਕਰਦੇ ਬਾਹਰ ਜਾ ਕੇ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਕਿਸਾਨਾਂ ਦਾ ਮੁੱਦਾ ਹੱਲ ਕਰੋ ਜੋ 6 ਮਹੀਨੇ ਤੋਂ ਹੋ ਗਏ 450 ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਨੇ ਕਿੰਨੇ ਕੁ ਕੋਕਸ ਨੇ ਆਵਾਜ਼ ਚੁੱਕੀ ਹੈ ਤੁਸੀਂ ਜੇ ਇਹ ਗੱਲ ਦਾ ਸਵਾਲ ਟਾਈਮ ਮੈਗਜ਼ੀਨ ਨੂੰ ਕਰੋ ਜਿਹੜਾ ਸਾਰੀ ਦੁਨੀਆ ਦਾ ਟੌਪ ਦਾ ਮੈਗਜ਼ੀਨ ਆ ਨਿਊਯਾਰਕ ਟਾਈਮਸ ਨੂੰ ਕਰੋ ਜਿਹੜਾ ਦੁਨੀਆ ਦਾ ਵੱਡਾ ਅਖਬਾਰ ਆ ਇੰਗਲੈਂਡ ਦੇ ਪੇਪਰਾਂ ਨੂੰ ਕਰੋ ਇੰਗਲੈਂਡ ਦੀ ਉੱਥੇ ਹਾਊਸ ਆਫ ਕਾਮਨਸ ਨੂੰ ਕਰੋ ਤਾਂ ਉਹਨਾਂ ਨੇ ਮੰਨ ਲਈ ਗੱਲ ਮੋਦੀ ਨੇ ਮੰਨ ਲਈ ਕਿਸੇ ਦੀ ਗੱਲ ਮਤਾ ਤਾਂ ਆ ਸਕਦਾ ਨਹੀਂ ਮੇਰੀ ਗੱਲ ਨਹੀਂ ਸੁਣ ਮਤਾ ਜੇ ਗੱਲ ਚੁੱਕ ਸਕਦੇ ਨੇ ਮਤਾ ਹੀ ਪਾ ਦੇਣਾ ਉਹਦੇ ਚ ਮਤਾ ਪਾਉਣਾ ਇੰਨਾ ਸੌਖਾ ਨਹੀਂ ਹੈ ਯਾਰ ਤੂੰ ਕੀ ਗੱਲਾਂ ਕਰਦੇ ਹੋ ਤੁਸੀਂ ਜਿੰਨੀ ਕੁ ਉਹਨਾਂ ਦੀ ਸਮਰੱਥਾ ਹੈ ਜਿੰਨਾ ਕੁ ਉਹਨਾਂ ਦਾ ਵਿੱਤ ਹੈ ਜਿੰਨੀ ਕੁ ਉਹਨਾਂ ਦੇ ਕੋਲ ਸੂਝ ਤੇ ਸਮਝ ਤੇ ਸਾਰੀ ਚੀਜ਼ ਲਈ ਉਹ ਸਮਰਪਿਤ ਹੈਗੇ ਵਿਚਾਰੇ ਕਰ ਰਹੇ ਆ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਕਿ ਉਹਨਾਂ ਨੂੰ ਕੰਡੈਮ ਕਰੀਏ ਮੈਨੂੰ ਦੱਸ ਉਹਨਾਂ ਨੂੰ ਕੰਡੈਮ ਕਰੀਏ ਉਹਨਾਂ ਨੂੰ ਗਾਲਾਂ ਕੱਢੀਏ ਉਹਨਾਂ ਨੂੰ ਉਹਨਾਂ ਤੇ ਦੁਸ਼ਮਣਬਾਜ਼ੀ ਕਰੀਏ ਨਹੀਂ ਉਹ ਕਦੇ ਹੱਕ 'ਚ ਤਾਂ ਹੀ ਸੀ ਕੋਕਸ ਵਾਲੇ ਬੋਲੇ ਨੇ ਪਹਿਲਾਂ ਪ੍ਰੋਟੈਸਟ ਕਰਨੇ ਪਏ ਘਰ ਦੇ ਬਾਹਰ ਜਾ ਕੇ ਉਹ ਕਰੇ ਆ ਉਹਨਾਂ ਦੇ ਪ੍ਰੋਟੈਸਟ ਨਹੀਂ ਉਹਨਾਂ ਦੇ ਖਿਲਾਫ ਹੋਏ ਨੇ ਪ੍ਰੋਟੈਸਟ ਅਮਰੀਕਾ ਦੇ ਵਿੱਚ ਨਹੀਂ ਨਹੀਂ ਕਿਹਦੇ ਖਿਲਾਫ ਹੋਇਆ ਜੋਨ ਗਵੰਡੀ ਨੇ ਚਿੱਠੀ ਲਿਖੀ ਹੈ ਪਹਿਲਾਂ ਪ੍ਰੋਟੈਸਟ ਹੋਇਆ ਬਾਹਰ ਜਾ ਕੇ ਤੁਸੀਂ ਦੇਖੋ ਜਾ ਕੇ ਅਮਰੀਕਾ ਦੀ ਅਖਬਾਰਾਂ ਚੱਕ ਕੇ ਦੇਖੋ ਨਾ ਵੀ ਪ੍ਰੋਟੈਸਟ ਹੋਏ ਨੇ ਉਸ ਬਾਅਦ ਚਿੱਠੀ ਲਿਖੀ ਹੈ 4 ਦਸੰਬਰ ਨੂੰ ਚਿੱਠੀ ਲਿਖੀ ਗਈ ਹੈ ਜੋਨ ਗਵੰਡੀ ਨੇ ਜੋ ਅੰਬੈਸਡਰ ਨੂੰ ਲਿਖੀ ਹੈ ਇੰਡੀਅਨ ਅੰਬੈਸਡਰ ਨੂੰ ਪ੍ਰੋਟੋਕਾਲ ਤੋੜ ਕੇ ਚਿੱਠੀ ਲਿਖੀ ਹੈ ਉਹ ਤਾਂ ਲਿਖੀ ਪ੍ਰੋਟੈਸਟ ਹੋਇਆ ਜਾਗਰੂਕਤਾ ਜਗਾਇਆ ਉਹਨਾਂ ਨੇ ਫਿਰ ਉਸ ਗੱਲ ਨੂੰ ਐਪਰੀਸ਼ੀਏਟ ਕਰੋ ਉਸ ਨੂੰ ਆਪਾਂ ਐਪਰੀਸ਼ੀਏਟ ਕਰੀਏ ਔਰ ਇਹ ਤਾਂ ਨਾ ਕਹੀਏ ਵੀ ਜੇ ਜਿੰਨਾ ਕੁ ਕਿਸੇ ਨੇ ਜੇ ਬਾਂਹ ਦਿੱਤੀ ਹੈ ਉਹਨੂੰ ਨਿਕਲ ਹੀ ਜਾਣਾ ਮਤਲਬ ਹਰ ਗੱਲ ਜਿਹੜਾ ਕਿਸੇ ਸਿਸਟਮ ਨਾਲ ਹੁੰਦੀ ਆ ਕਿਸੇ ਕੋਈ ਆਰਗੇਨਾਈਜੇਸ਼ਨ 'ਚ ਇਹ ਤਾਂ ਨਹੀਂ ਹੁੰਦਾ ਵੀ ਸਾਰੀ ਚੀਜ਼ ਇੱਕੋ ਵਾਰੀ ਹਿੰਦੁਸਤਾਨ ਦੀ ਆਜ਼ਾਦੀ ਦੀ ਕਿੰਨੀ ਵੱਡੀ ਲੜਾਈ ਆ ਕਿੰਨੀ ਵੱਡੀ ਲੜਾਈ ਆ 1935 ਤੋਂ ਚੱਲੀ ਗੱਲ ਉਦੋਂ ਪਹਿਲਾਂ ਤੋਂ ਚੱਲੀ ਗੱਲ ਸਮਝੇ ਕਿ ਨਹੀਂ ਲੇਕਿਨ ਜਦੋਂ ਆ ਕੇ ਕਦੋਂ ਕਿਉਂ ਮਿਲਿਆ ਕਿਉਂਕਿ ਜਿਹੜਾ ਕਲੋਨੀਅਲ ਅੰਪਾਇਰ ਸੀ ਸੈਕਿੰਡ ਵਰਲਡ ਵਾਰ ਦੇ ਵਿੱਚ ਉਹ ਭਾਰੂ ਹੋ ਗਿਆ ਜਿਹੜੀ ਬ੍ਰਿਟਿਸ਼ ਕਲੋਨੀਅਲ ਸਿਸਟਮ ਭਾਰੂ ਹੋ ਗਿਆ ਉਹ ਕਹਿੰਦੇ ਅਸੀਂ ਛੱਡ ਕੇ ਜਾ ਰਹੇ ਇੰਡੀਆ ਤੋਂ ਵੀ ਵਿਦਡਰੋਲ ਆ ਇਹ ਆਜ਼ਾਦੀ ਦੀ ਲੜਾਈ ਨਹੀਂ ਵਿਦਡਰੋਲ ਆ ਸਮਝਣ ਦੀ ਕੋਸ਼ਿਸ਼ ਕਰੋ ਦੁਸ਼ਮਣ ਜਿਹੜਾ ਸੀ ਇੰਡੀਆ ਦਾ ਜਿਹੜਾ ਹਿੰਦੁਸਤਾਨ 'ਚ ਰਾਜ ਕਰ ਰਿਹਾ ਸੀ ਉਸ ਦੇ ਸਾਧਨ ਮੁੱਕ ਗਏ ਉਸ ਦੇ ਮੈਨ ਪਾਵਰ ਨੂੰ ਬੜੀ ਸੈਟਬੈਕ ਮਿਲੀ ਇੱਕ ਥੋੜ੍ਹਾ 40 ਮੁਲਕ ਆਜ਼ਾਦ ਹੋਏ ਆ 40 ਮੁਲਕ ਫਿਜੀ ਆਈਲੈਂਡ ਅੱਜ ਉਹਨਾਂ ਦੀ ਆਬਾਦੀ 10 ਲੱਖ ਆ 10 ਲੱਖ ਔਰ 10 ਲੱਖ ਦੀ ਆਬਾਦੀ ਦਾ ਮੁਲਕ ਅਗਲੇ ਛੱਡ ਕੇ ਚਲੇ ਗਏ ਦੂਸਰੇ ਕਿੰਨੇ ਮੁਲਕ ਛੱਡ ਕੇ ਚਲੇ ਗਏ ਸਮਝੇ ਕਿ ਨਹੀਂ ਇਹ ਜਿਹੜੀ ਹੁੰਦੀ ਆ ਨਾ ਲੜਾਈ ਇਹ ਪੈਰਲਲ ਹੁੰਦੀ ਐ ਨਹੀਂ ਹੁੰਦੀ ਵਨ ਵੇ ਨਹੀਂ ਹੁੰਦੀ ਦੁਸ਼ਮਣ ਅੱਜ ਮੋਦੀ ਕਿੰਨਾ ਤਾਕਤਵਰ ਆ ਜਾ ਕੇ ਢਹਿ ਗਿਆ ਕਿ ਨਹੀਂ ਬੰਗਾਲ ਦੇ ਵਿੱਚ ਤਾਂ ਇਸੇ ਤਰੀਕੇ ਨਾਲ ਯੂਪੀ 'ਚ ਢਹਿ ਜਾਏਗਾ ਜੇ ਯੂਪੀ 'ਚ ਢਹਿ ਜਾਏ ਤਾਂ ਫਿਰ ਭੱਜ ਜਾਏਗਾ ਉਹ ਅੱਛਾ ਸਰ ਇੱਕ ਆਖਰੀ ਸਵਾਲ ਹੈ ਕਿ ਸੀ ਕੋਕਸ ਕਦੀ ਖਾਲਸਾ ਦੀ ਡਿਮਾਂਡ ਕਰ ਸਕਦਾ ਇਹ ਕੋਕਸ ਜਿਹੜੇ ਇਹ ਤਾਂ ਹਾਲਾਤ ਦੱਸਣਗੇ ਹੁਣ ਮੈਂ ਫਿਊਚਰ ਬਾਰੇ ਮੈਂ ਕੋਈ ਔਲੀਆ ਤਾਂ ਹਾਂ ਨਹੀਂ ਮਤਾ ਪਾ ਸਕਦੇ ਨਹੀਂ ਮੇਰੀ ਮੈਂ ਕੋਈ ਔਲੀਆ ਥੋੜ੍ਹਾ ਮੈਂ ਤੁਸੀਂ ਦੱਸ ਮਤਾ ਪਾਉਣਾ ਚਾਹੀਦਾ ਤੁਸੀਂ ਦੱਸੋ ਮੈਂ ਕੌਣ ਦੱਸਣ ਵਾਲਾ ਨਹੀਂ ਤੁਹਾਡੇ ਓਪੀਨੀਅਨ ਤੁਹਾਡਾ ਆਪਣੀ ਨਿੱਜੀ ਰਾਏ ਕੀ ਹੈ ਵੀ ਸਿੱਖਾਂ ਨੂੰ ਆਪਣੀ ਜੋ ਵੀ ਹੋਮਲੈਂਡ ਮਿਲਣਾ ਚਾਹੀਦਾ ਮੇਰਾ ਓਪੀਨੀਅਨ ਕੀ ਮੈਟਰ ਕਰਦਾ ਆਈ ਐਮ ਵਨ ਇੰਡੀਵਿਜੂਅਲ ਨਹੀਂ ਤੁਸੀਂ ਕਿਤਾਬਾਂ ਲਿਖ ਰਹੇ ਹੋ ਤੁਹਾਡੀ ਆਵਾਜ਼ ਲੋਕੀ ਤੁਹਾਨੂੰ ਸੁਣਦੇ ਨੇ ਆਵਾਜ਼ ਜਾਂਦੀ ਹੈ ਨਾ ਤੁਸੀਂ ਕਿਤਾਬਾਂ ਹੀ ਇੰਨੀਆਂ ਲਿਖੀਆਂ ਤੁਹਾਡੀ ਕਿਤਾਬਾਂ ਲੋਕੀ ਸੁਣਦੇ ਨੇ ਤੁਹਾਨੂੰ ਚਾਹੁੰਦੇ ਨੇ ਮੈਂ ਕਹਿੰਦਾ ਸਿੱਖਾਂ ਦਾ ਹੋਮਲੈਂਡ ਚਾਹੀਦਾ ਸਿੱਖਾਂ ਦੀ ਜਿਹੜੀ ਹੈਰੀਟੇਜ ਹੈਗੀ ਆ ਗੁਰੂਆਂ ਨੇ ਵਿਰਾਸਤ ਦਿੱਤੀ ਆ ਸਿੱਖਾਂ ਕੋਲ ਆਪਣਾ ਇੱਕ ਵਰਲਡ ਵਿਊ ਆ ਸਿੱਖ ਕੋਈ ਭਾਰਤ ਮਾਤਾ ਦੇ ਉਪਾਸ਼ਕ ਨਹੀਂ ਸਿੱਖ ਸਰਬੱਤ ਦੇ ਭਲੇ ਦੇ ਉਪਾਸ਼ਕ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਅਸੀਂ
सभे सांझी वाल दसाइन कोई ना दिसे बहरा उसते असी उसकी विरासत साढ़े उत्ते उसकी गाइडेंस साढ़े उत्ते अज BBC ने 5000 इतिहासकार अपॉइंट किया भी सानू तुसी दसो भी इंसानी इतिहास दे विच सब तो वधिया रूल किहदा सी महाराजा रणजीत सिंह दा नाम फिर वो राज असी समाप्त वो राज असी दुनिया दे विच फैलाउणा चाहुंदे आ असी यही नहीं चाहुंदे भी हिंदुस्तान च वो राज होवे असी कहिंदे सारी दुनिया उहना उहना प्रिंसीपल दे उत्ते उहना गल्लां दे उत्ते उस चीज़ ते आधारित हो के सारी दुनिया दे विच जे पीस हो सकदा तां जिहड़ा वर्ल्ड ऑर्डर आ उह सिखां दा मैं इह गल दा हामी आ खुल के कहना चलो तुम ए कहो कैम के कहो असी कॉकस वाले मैंबरों भी वो खालसान का मता उत्थे मैं क्यों कहना कहो ना मैं कॉकस का मैंबर हाँ नहीं तुम कह गल तो रख सकते हो कि मैं कहना कॉकस वध तो वध गल करे सिखा दे हक विच गल करे ना कि सिखा दे हक विच जिथे भी घट गिनतियां दे नाल कोई भी एक्सप्लाइटेशन हो रही आ या उन्हां दा कतलोगारत हो रहा या जेनोसाइड हो रहा उन्हां दे हक विच उन्हां नूं आवाज़ बुलंद करनी चाहीदी आ सिख पॉइंट ऑफ व्यू तो यही सिख पॉइंट ऑफ व्यू यही सिख पॉइंट ऑफ व्यू है समझे तो सारी गल बात सुनिए साडे नाल मौजूद सन गुरदर्शन सिंह ढिल्लो सिख ऑकस की किताब में लैके जिहड़ी चर्चा है वो रुकन का नाम नहीं लैदी अलग अलग तरह के नाल अलग अलग तरीकों के नाल इंटरव्यू भी आंदियां ने कोई सिख ऑकस के हक विच है कोई खिलाफ है खिलाफ का मतलब ये नहीं कोई बंदे के खिलाफ है खिलाफ है भी जो इस सवाल ने कहते कि सवालों के जवाब देने चाहिए ने अलग अलग तरीके जो सिख ऑकस के हक विच ने वह भी हुण मीडिया के अगे आके अपनी गल रख रहे हैं भी नहीं ये जो किताब लिखी गई वो सही नहीं है दूसरा पक्ष भी जानना चाहिए पत्रकार का काम होंगे कि सारे पक्ष जानन पहले तो उन्होंने एक इंटरव्यू दिखाया सी RS बैंस जी का जिन्होंने खुद कहा कि इस किताब उत्ते उन्होंने कुछ सवाल खड़े किए सी पर गुरदर्शन सिंह ढिल्लो जो खुद आके उन्होंने ये गल कही है भी नहीं ये किताब जो लिखी गई है सही नहीं है पक्ष दोनों तुम्हें असी दिखा दिते ने फैसला तुम्हें करना है कौन सही है कौन गलत है इंटरव्यू दोनों ही साढ़े चैनल उत्ते पईआं ने आम लोग आम दर्शक जो आम सिख है वह भी देख रहे इस समय बड़ी चर्चा बनी हुई सी और दूसरे पास जिस तरीके किसान अज दिल्ली दी बरूहां ते बैठे हुए हैं कि वाकई सिख ऑकस ने कोई मता पाया इन्हां किसानां दे हक विच कि वाकई ही 1984 का कोई मता पाया गया जो सिखां नाल नसलकुशी हुई सी उस उपर किन्ने कु लोगों ने मुद्दे उठाए ने सिख ऑकस उपर यह भी सवाल जो निशान कितने ना कितने हैगा तुसीं साडे नाल जुड़े रहना पंजाब न्यूज़ नाल पेज नूं लाइक करना वीडियो शेयर कर देना ताकि दूजे तक भी जानकारी पहुँच सके